ਹੁਣ ਸੁਖਬੀਰ ਬਾਦਲ ਵੀ ਸ਼ੇਖ ਚਿੜੀ ਵਾਲੀਆਂ ਗੱਲਾਂ ਕਰਦਾ ਆ, ਹੁਣੇ ਕਹਿਣ ਲੱਗ ਪਿਆ ਵੀ ਗਾਂ ਵਾਸਤੇ ਮੈਂ ਹੀ ਮੁੱਖ ਮੰਤਰੀ ਬਣਨਾ, ਮੇਰੀ ਝੰਡੀ ਲੱਗਣੀ ਆ, ਵੀ ਮੈਂ 500-700 ਬੰਦਾ ਦੇ ਦਿੱਤਾ ਪੰਜਾਬ ਨੂੰ, ਮੈਂ ਨੌਕਰੀ ਲਵਾਤੀ, ਮੈਨੂੰ 10 ਬੰਦੇ ਗਣਾ ਦੇਵੇ, ਕਿਹੜੇ ਕਿਹਨਾਂ ਨੂੰ ਨੌਕਰੀ ਦਵਾਈ ਆ। ਹਾਂ ਇੰਨਾ ਜ਼ਰੂਰ ਆ, ਸਾਡੇ ਗੁਰੂ ਦੀ ਬੇਅਦਬੀ ਦਾ ਨਹੀਂ ਹਾਲ ਤੱਕ ਸੁਖਬੀਰ ਬਾਦਲ ਸਾਹਿਬ ਨੇ ਵੀ ਹਿਸਾਬ ਦਿੱਤਾ। ਕੈਪਟਨ ਅਮਰਿੰਦਰ ਸਿੰਘ ਸਰਕਾਰ ਦੇ ਦੌਰਾਨ ਵੀ 2 ਸਾਲ ਦੇ ਵਕਫੇ ਦੇ ਦੌਰਾਨ 112 ਦੇ ਕਰੀਬ ਘਟਨਾਵਾਂ ਘਟ ਚੁੱਕੀਆਂ ਨੇ ਗੁਰੂ ਗ੍ਰੰਥ ਸਾਹਿਬ ਧਾਰਮਿਕ ਅਕੀਦਿਆਂ ਦੀ ਬੇਅਦਬੀ ਦੀਆਂ। ਜੇ ਵੇਖਿਆ ਜਾਵੇ ਬੇਅਦਬੀ ਦੀ ਘਟਨਾ ਦਾ ਸਭ ਤੋਂ ਵੱਧ ਖਮਿਆਜ਼ਾ ਲੰਮੇ ਸਮੇਂ ਤੱਕ ਅਕਾਲੀ ਦਲ ਬਾਦਲ ਭੁਗਤੇਗਾ। ਜ਼ਿਆਦਾਤਰ 80% ਬੇਅਦਬੀਆਂ ਜਿਹੜੀਆਂ ਨੇ ਉਹ ਰਾਜਸੀ ਮਫਾਦ ਲਈ ਨਹੀਂ, ਨਿੱਜੀ ਮਫਾਦ ਲਈ ਹੋਈਆਂ, ਪ੍ਰਧਾਨਗੀਆਂ ਦੇ ਵਾਸਤੇ ਗ੍ਰੰਥੀਆਂ ਦੀ ਆਪਸੀ ਰੰਜਿਸ਼ ਦੇ ਵਿੱਚ। ਪ੍ਰੋਬਲਮ ਮੱਥਾ ਟੇਕਣ ਦੀ ਆ, ਉਹਦੀ ਕੋਈ ਪੜ੍ਹਨ ਦੀ ਪ੍ਰੋਬਲਮ ਨਹੀਂ ਹੈਗੀ, ਪੂਜਾ ਕਰਨ ਲਈ ਆ ਉਹ ਜਿਹੜੀ ਚੀਜ਼ ਆ। ਗੁਰੂ ਗ੍ਰੰਥ ਸਾਹਿਬ ਸਾਡੇ ਨੂੰ ਦਿੱਤਾ ਗਿਆ ਨਹੀਂ, ਪੜ੍ਹਨ ਲਈ ਨਹੀਂ, ਬਸ ਇੰਨੇ ਮੈਂ ਸ਼ੋਰਟਕਟ ਕਹਿਣਾ। ਕੱਲ ਜਿਹੜਾ ਹੁਣ ਸਿਰਸੇ ਨੇ ਉੱਥੇ ਕੀਰਤਨ ਦਰਬਾਰ ਕਰਾਤਾ, ਕੁਰਸੀਆਂ ਤੇ ਪਾ ਕੇ ਜੁੱਤੀਆਂ ਪਾ ਕੇ ਸਿਰਸੇ ਅਰਕੇ ਵਿੱਚ ਤੁਰੇ ਫਿਰਦੇ ਸੀ, ਉਹ ਕਾਹਦਾ ਕੀਰਤਨ ਦਰਬਾਰ ਸੀ ਜੀ? 550 ਬੰਦਾ ਕੀਰਤਨੀਆ ਕੀਰਤਨ ਕਰਦਾ ਪਿਆ ਸੀ। ਹੈਲੋ ਗਲੋਬਲ ਪੰਜਾਬ ਪ੍ਰੋਗਰਾਮ ਦੇ ਦਾਨਿਸ਼ਮੰਦ ਦਰਸ਼ਕਾਂ ਦਾ ਇਸ ਪ੍ਰੋਗਰਾਮ ਦੇ ਵਿੱਚ ਪਰਮਿੰਦਰ ਸਿੰਘ ਟਿਵਾਣਾ ਵੱਲੋਂ ਸਵਾਗਤ, ਸਤਿ ਸ਼੍ਰੀ ਅਕਾਲ, ਸਲਾਮ, ਨਮਸਕਾਰ, ਆਦਾਬ। ਗਲੋਬਲ ਪੰਜਾਬ ਟੈਲੀਵਿਜ਼ਨ ਦੇ ਪ੍ਰੋਗਰਾਮ ਦੇਖਣ ਦੇ ਵਾਸਤੇ ਤੁਸੀਂ ਗਲੋਬਲ ਪੰਜਾਬ ਦੀ ਐਪ ਐਂਡਰਾਇਡ ਰੋਕੋਆ ਤੋਂ ਜ਼ਰੂਰ ਡਾਊਨਲੋਡ ਕਰੋ। ਚੈਨਲ ਪੰਜਾਬੀ ਨੂੰ ਕੈਨੇਡਾ ਭਰ ਦੇ ਵਿੱਚ ਵੇਖਣ ਵਾਸਤੇ ਕੇਬਲ ਨੈਟਵਰਕ ਰੋਜ਼ਰ, ਬੈੱਲ, ਸ਼ਾਹ ਅਤੇ ਟੈਲਸ ਦੀਆਂ ਸੇਵਾਵਾਂ ਲਈਆਂ ਜਾ ਸਕਦੀਆਂ ਨੇ। ਇਸ ਪ੍ਰੋਗਰਾਮ ਦਾ ਰਿਪੀਟ ਵੀ ਤੁਸੀਂ ਸਾਡੇ ਇਸੇ ਕੈਨੇਡਾ ਵਾਲੇ ਚੈਨਲ ਪੰਜਾਬੀ ਦੇ ਨਾਂ 'ਤੇ ਬਣੇ ਯੂਟਿਊਬ ਪੇਜ 'ਤੇ ਵੇਖ ਸਕਦੇ ਹੋ। ਇਹ ਪ੍ਰੋਗਰਾਮ ਜਿਸ ਦਾ ਨਾਂ ਹੈਲੋ ਗਲੋਬਲ ਪੰਜਾਬ ਹੈ, ਮੰਗਲਵਾਰ ਤੋਂ ਸ਼ਨੀਵਾਰ 5 ਦਿਨ ਸਵੇਰੇ 6 ਵਜੇ ਤੋਂ ਲੈ ਕੇ 7 ਵਜੇ ਤੱਕ ਭਾਰਤੀ ਸਮੇਂ ਮੁਤਾਬਕ ਪਟਿਆਲਾ ਸਟੂਡੀਓ ਤੋਂ ਔਨ ਏਅਰ ਕੀਤਾ ਜਾਂਦਾ ਹੈ। ਅਤੇ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਨ ਵਾਸਤੇ ਆਪਣੇ ਫੋਨ ਨੰਬਰ ਨੇ, ਪਟਿਆਲਾ ਸਟੂਡੀਓ ਗਲੋਬਲ ਪੰਜਾਬ ਦਾ ਹੈੱਡ ਆਫਿਸ ਦਾ ਨੰਬਰ ਹੈ 0175-1056-0175-5000-156 ਅਤੇ ਅਮੈਰੀਕਾ ਦਾ ਆਪਣਾ ਨੰਬਰ ਹੈ 201-301-2785। ਅੱਜ ਦੀ ਗੱਲਬਾਤ ਦਾ ਵਿਸ਼ਾ ਹੈ ਕਿ 4 ਵਰੇ ਹੋ ਗਏ ਨੇ ਬੁਰਜ ਜਵਾਹਰ ਸਿੰਘ ਵਾਲਾ ਤੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਹੋਣਾ ਅਤੇ ਫਿਰ ਉਸ ਤੋਂ ਬਾਅਦ ਪੋਸਟਰ ਲੱਗਣੇ, ਸਿੱਖ ਜਥੇਬੰਦੀਆਂ ਦਾ ਰੋਸ, ਅਤੇ ਇਸ ਦੌਰਾਨ ਕੋਟਕਪੂਰਾ ਅਤੇ ਬਹਿਵਲ ਕਲਾਂ ਗੋਲੀਕਾਂਡ, ਗੁਰਜੀਤ ਸਿੰਘ ਅਤੇ ਕ੍ਰਿਸ਼ਨ ਭਗਵਾਨ ਸਿੰਘ ਦੋ ਵਸਨੀਕਾਂ ਦੀ ਮੌਤ ਦਾ ਹੋਣਾ, ਅਤੇ ਉਸ ਤੋਂ ਬਾਅਦ ਰਲਵੀਂ ਗੱਡਵੀਂ ਸਿਆਸਤ, ਕਿਸ ਤਰ੍ਹਾਂ ਇਸਨੇ ਪੰਜਾਬ ਦੀ ਸਰਕਾਰ ਉੱਪਰ ਥੱਲੇ ਕੀਤੀ, ਅਤੇ ਅੱਜ ਵੀ ਲੰਮਾ ਸਮਾਂ ਇਸ 'ਤੇ ਜਿਹੜੀ ਹੈ ਸਿਆਸਤ ਹੋ ਰਹੀ ਹੈ। ਲੱਗਦਾ ਕਿ ਇਹ ਲੰਮੇ ਸਮੇਂ ਤੱਕ ਇਹ ਸਿਆਸਤ ਹੁੰਦੀ ਰਹੇਗੀ। ਸੱਤਾਧਾਰੀ ਸਰਕਾਰ ਅਕਾਲੀ ਦਲ ਬਾਦਲ ਨੂੰ ਇਸ ਮਾਮਲੇ 'ਚ ਘੇਰਿਆ ਜਾਂਦਾ ਰਹੇਗਾ। ਅਤੇ ਕੱਲ੍ਹ ਵੀ ਇਸ ਮੰਦਭਾਗੀ ਘਟਨਾ ਦੇ ਜਿਹੜੇ 4 ਵਰਿਆਂ ਦੇ ਮੌਕੇ 'ਤੇ ਸਿੱਖ ਜਥੇਬੰਦੀਆਂ ਨੇ ਇਸ ਘਟਨਾ ਦੀ ਇਨਸਾਫ ਦੀ ਮੰਗ ਕੀਤੀ। ਹਾਲਾਂਕਿ ਪੀੜਤ ਪਰਿਵਾਰ ਵੀ ਕਹਿ ਰਹੇ ਨੇ, ਜਿਨ੍ਹਾਂ ਦੇ ਪਰਿਵਾਰਾਂ ਨੂੰ ਕਰੋੜ ਰੁਪਈਆ ਮੁਆਵਜ਼ਾ ਵੀ ਦਿੱਤਾ ਗਿਆ। ਵੈਸੇ ਪੰਜਾਬ ਦੇ ਇਤਿਹਾਸ ਦੇ ਵਿੱਚ ਇਹ ਵੀ ਇੱਕ ਇਤਿਹਾਸ ਹੈ ਕਿ ਕਿਸੇ ਇਸ ਤਰ੍ਹਾਂ ਦੀ ਘਟਨਾ ਸੰਬੰਧੀ ਪੀੜਤਾਂ ਦੇ ਪਰਿਵਾਰਾਂ ਨੂੰ 1-1 ਕਰੋੜ ਰੁਪਈਆ ਮੁਆਵਜ਼ਾ ਦਿੱਤਾ ਗਿਆ। ਹਾਲਾਂਕਿ ਮੋਇਆਂ ਨੂੰ ਮੋੜਿਆ ਨਹੀਂ ਜਾ ਸਕਦਾ, ਇਨਸਾਨ ਦੀ ਕੋਈ ਵੀ ਕੀਮਤ ਨਹੀਂ ਹੈ, ਪਰ ਬਹੁਤ ਵੱਡਾ ਮੁਆਵਜ਼ਾ ਵੀ ਦਿੱਤਾ ਗਿਆ। ਕਾਂਗਰਸ ਸਰਕਾਰ ਨੇ ਜਦੋਂ ਬਰਗਾੜੀ ਮੋਰਚਾ ਚੁਕਵਾਇਆ ਜਾਂ ਚੱਕਿਆ ਗਿਆ ਪਿਛਲੇ ਵਰ੍ਹੇ, ਤਾਂ ਉਦੋਂ ਇਸ ਸਥਾਨ ਦਾ ਨਾਂ ਬਰਗਾੜੀ ਸਾਹਿਬ ਰੱਖਣ ਦਾ ਵੀ ਐਲਾਨ ਕੀਤਾ ਸੀ। ਉਹ ਵੀ ਗੱਲ ਭੁੱਲ ਭੁਲਾ ਗਈ ਹੈ। ਵੈਸੇ ਤਾਂ ਜਿਸ ਤਰ੍ਹਾਂ ਦੇ ਤਸ਼ੱਦਦ ਜਾਂ ਜਿਸ ਤਰ੍ਹਾਂ ਦੇ ਵਾਕਿਆਤ ਪੂਰੇ ਪੰਜਾਬ 'ਚ ਹੋਏ ਨੇ, ਪੰਜਾਬ ਦਾ ਨਾਂ ਹੀ ਪੰਜਾਬ ਸਾਹਿਬ ਰੱਖਣ ਵਾਲੀ ਗੱਲ ਹੋ ਗਈ ਹੈ।
ਪਰ ਇਸ ਦੌਰਾਨ ਕੀ ਕਾਰਨ ਨੇ, ਧਾਰਮਿਕ ਅਕੀਦਿਆਂ ਦੀ ਬੇਅਦਬੀ ਕਿਉਂ ਕੀਤੀ ਜਾਂਦੀ ਹੈ, ਕੌਣ ਲੋਕ ਇਸ ਦੇ ਲਈ ਜ਼ਿੰਮੇਵਾਰ ਨੇ, ਇਹ ਘਟਨਾਵਾਂ ਦੇ ਪਿੱਛੇ ਕਿਹਨਾਂ ਲੋਕਾਂ ਦੀ ਮਾਨਸਿਕਤਾ ਹੁੰਦੀ ਹੈ? ਜਦੋਂ ਇਸ ਤਰ੍ਹਾਂ ਦੀਆਂ ਕਿਸੇ ਵੀ ਧਰਮ ਨਾਲ ਸੰਬੰਧਿਤ ਘਟਨਾਵਾਂ ਘਟਦੀਆਂ ਨੇ ਤਾਂ ਸਾਨੂੰ ਕੀ ਕਰਨਾ ਚਾਹੀਦਾ, ਪਬਲਿਕ ਨੂੰ ਕੀ ਕਰਨਾ ਚਾਹੀਦਾ? ਕਿਤੇ ਨਾ ਕਿਤੇ ਆਪਣੇ ਧਰਮ ਨੂੰ, ਜਿਸ ਤਰ੍ਹਾਂ ਹਰ ਬੰਦੇ ਨੂੰ ਆਪਣਾ ਮਜ਼ਹਬ ਅਤੇ ਮੁਲਕ ਅਤੇ ਮੁੰਡਾ ਪਿਆਰਾ ਹੈ, ਹਾਂ ਮੁਲਕ ਤਾਂ ਕਈਆਂ ਨੂੰ ਬਹੁਤ ਪਿਆਰਾ ਨਹੀਂ ਹੁੰਦਾ ਪਰ ਮਜ਼ਹਬ ਅਤੇ ਮੁੰਡਾ ਹਰ ਇੱਕ ਨੂੰ ਪਿਆਰਾ ਹੁੰਦਾ, ਉਸ ਦੌਰਾਨ ਅਸੀਂ ਬਰਦਾਸ਼ਤ ਨਹੀਂ ਕਰਦੇ ਕੋਈ ਸਾਡੇ ਮੁੰਡੇ ਜਾਂ ਸਾਡੇ ਮਜ਼ਹਬ ਦੇ ਪ੍ਰਤੀ ਕੋਈ ਉਂਗਲ ਚੁੱਕੇ। ਪਰ ਇਸ ਦੌਰਾਨ ਇਹ ਵਰਤਾਰਾ ਗਲੋਬਲ ਪੱਧਰ 'ਤੇ, ਅਫਗਾਨਿਸਤਾਨ ਦੇ ਵਿੱਚ ਬੁੱਧ ਦੇ ਬੁੱਤ ਤੋੜੇ ਗਏ ਅਤੇ ਬੋਧੀ ਭਾਈਚਾਰੇ ਨੇ ਕੀ ਰਿਐਕਸ਼ਨ ਕੀਤਾ, ਹਿੰਦੂ ਧਰਮ ਦੀ ਜਾਂ ਇਸਲਾਮ ਦੀ ਵੀ, ਸੈਨੇਟਰ ਵਰਸਿਸ ਜਿਹੜੀ ਸਲਮਾਨ ਰਸ਼ਦੀ ਨੇ ਲਿਖੀ, ਤਸਲੀਮਾ ਨਸਰੀਨ ਨੇ ਲਿਖਿਆ, ਜਾਂ ਈਸਾ ਮਸੀਹ ਦੇ ਖਿਲਾਫ਼ ਵੀ ਗਾਹੇ ਵਗਾਹੇ ਕੂੜ ਪ੍ਰਚਾਰ ਹੁੰਦਾ ਰਿਹਾ। ਵੈਸੇ ਕ੍ਰਿਸਚਨਿਟੀ 'ਚ ਵੇਖਿਆ ਜਾਵੇ ਤਾਂ ਕ੍ਰਿਸਚਨਿਟੀ ਇਸ ਮਾਮਲੇ ਨੂੰ ਲੈ ਕੇ ਬਹੁਤ ਹੀ ਹਾਈਪਰ ਨਹੀਂ ਹੁੰਦੀ, ਹਾਲਾਂਕਿ ਸੰਸਾਰ ਦਾ ਵੱਡਾ ਧਰਮ ਹੈ। ਇਸਲਾਮ ਦੇ ਵਿੱਚ ਵੀ ਕੱਟੜਤਾ ਬਹੁਤ ਹੈ, ਉਹ ਵੀ ਇਸ ਤਰ੍ਹਾਂ, ਭਾਵੇਂ ਹਜ਼ਰਤ ਮੁਹੰਮਦ ਸਾਹਿਬ ਦੇ ਵਾਲਾਂ ਦਾ ਗੁੰਮ ਹੋਣਾ ਸੀ ਜਾਂ ਹੋਰ ਕਾਰਨ ਸੀ, ਉਹ ਵੀ ਫਤਵੇ ਜਾਰੀ ਕਰ ਦਿੰਦੇ ਨੇ, ਜਾਨ ਲੈਣ 'ਤੇ ਧੁੱਲ ਜਾਂਦੇ ਨੇ। ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੇ ਦੌਰਾਨ ਵੀ, 2 ਸਾਲ ਦੇ ਵਕਫੇ ਦੇ ਦੌਰਾਨ 112 ਦੇ ਕਰੀਬ ਘਟਨਾਵਾਂ ਘਟ ਚੁੱਕੀਆਂ ਨੇ ਗੁਰੂ ਗ੍ਰੰਥ ਸਾਹਿਬ ਧਾਰਮਿਕ ਅਕੀਦਿਆਂ ਦੀ ਬੇਅਦਬੀ ਦੀਆਂ। ਹੈਲੋ, ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਭੁੱਲਰ ਸਾਹਿਬ, ਕੀ ਲੱਗਦਾ ਕਿ ਇਸ ਘਟਨਾ ਲਈ ਜ਼ਿੰਮੇਵਾਰ ਲੋਕ ਕੌਣ ਨੇ ਅਤੇ ਕੀ ਉਹਨਾਂ ਨੂੰ ਕੋਈ ਧਰਮ ਨੀ, ਕੋਈ ਰੱਬ ਨੀ, ਉਹਨਾਂ ਦਾ ਕੋਈ ਗੁਰੂ ਪੀਰ ਨੀ, ਕੋਈ ਮਾਂ ਪਿਓ ਨੀ, ਹਰ ਥਾਂ ਤੇ ਫਾਇਦਾ ਖਾਦੇ ਆ। ਉਹਨਾਂ ਨੂੰ ਵੇਖ ਵੇਖ ਕੇ ਲੋਕਾਂ ਦੀ ਆਸਥਾ ਕਰਦੀ, ਉਹ ਐਸ ਪੀ ਜੀ ਸੀ ਉਹਨਾਂ ਕੰਮਾਂ ਤੇ ਆ ਗਈ, ਹਰ ਧਾਰਮਿਕ ਬੰਦਾ ਦਾ ਵੀ ਜਿਹੜੇ ਖਾਦੀ ਜਾਂਦੇ ਆਪਾਂ ਨੂੰ ਕੀ। ਹੁਣ ਮੈਂ ਗੱਲ ਚੰਡੀਗੜ੍ਹ ਗਿਆ ਤਾਂ ਮੈਂ ਦੂਜੇ ਬੰਦੇ ਤੇ ਬੋਲਣ ਲੱਗਾ ਕਿ ਹਰ 25 ਮਿੰਟ ਬਾਅਦ ਟੋਲ ਟੈਕਸ ਆ ਜਾਂਦਾ ਜੀ, ਪਹਿਲੇ ਨੇ 90 ਲਿਆ, ਦੂਜੇ ਨੇ 140, ਦੂਜੇ 130, ਦੂਜੇ 55, 35। ਹਾਂ ਲਾ ਲਓ ਇੰਨੀ ਲੁੱਟ ਵਜਾ, ਜੇ ਸੁਵਿਧਾ ਸੈਂਟਰ ਚ ਗਏ 160 ਰੁਪਏ ਤੇ 960 ਕਰਦੇ, ਇੰਨੀ ਕਮਾਈ, ਇੰਨੀ ਲੋਕਾਂ ਨੂੰ ਲੁੱਟ ਲੁੱਟ ਕਰ ਲਈ ਤੇ ਅਜੇ ਵੀ ਉਹਨੇ ਸਾਡਾ ਖਜ਼ਾਨਾ ਖਾ ਲਈ ਹਰ ਡਿਪਾਰਟਮੈਂਟ ਦੇ ਵਿੱਚ ਜੀ। ਤੇ ਇਹ ਜੇ ਮੁਹੰਮਦ ਸਾਹਿਬ ਦੀ ਮੈਂ ਕਿਤਾਬ ਪੜ੍ਹੀ ਸੀ, ਮੁਸਲਮਾਨ ਆਪਾਂ ਨੂੰ 1000 ਗੁਣਾ ਚੰਗੇ ਨੇ ਆਪਦੇ ਧਰਮ ਪ੍ਰਤੀ। ਉਹਨਾਂ ਨੇ ਇੱਕ ਕਿਤਾਬ ਪੜ੍ਹੀ 1970 ਦੇ ਕਸ਼ਮੀਰ ਦੇ ਇੱਕ ਬਰਫ਼ ਨੂੰ ਅੱਗ ਲੱਗ ਗਈ ਤੇ ਉਹ ਬੱਕਰੂ ਮੈਂ ਕੁਛ ਅੱਗ ਬਰਫ਼ ਨੂੰ ਛੋਟੇ ਥੋੜਾ ਉਹਨਾਂ ਪੜ੍ਹਿਆ, ਉਹਨੇ ਵੀ ਮਤਲਬ ਮੁਹੰਮਦ ਸਾਹਿਬ ਦੇ ਵਾਰ ਚੋਰੀ ਹੋ ਗਏ, ਨਹਿਰੂ ਆਇਆ ਸੀ ਪ੍ਰਧਾਨ ਮੰਤਰੀ ਤੇ ਬੜਾ ਸੰਭਾਲਿਆ ਤੇ ਉਹ ਰਾਤੋਂ ਰਾਤ ਉੱਥੇ ਰੱਖ ਕੇ ਵਾਰ ਇੰਨਾ ਉਹ ਆਪਦੇ ਧਰਮ ਦਾ ਕਰਦੇ। ਆਪਾਂ ਆਪਦੇ ਧਰਮ ਦੇ ਗਲਤ ਆਸਰਾ ਲੈ ਕੇ ਲੋਕਾਂ ਨੂੰ ਮੂਰਖ ਬਣਾਉਂਦੇ ਆ। ਆਪਾਂ ਇਹਨਾਂ ਨੂੰ ਚਾਹੀਦਾ ਉਹਨੇ ਛੇਕ ਦੇਣਾ ਚਾਹੀਦਾ, ਕਿਸੇ ਲੀਡਰ ਤੇ ਕੋਈ ਦਬਾਅ ਨਾ ਕਰੋ, ਕਿਸੇ ਵੀ ਹੱਦ ਤੱਕ ਬੱਚਾ ਤੇ ਆਪਦੇ ਧਰਮ ਦਾ ਹੀ ਆਪਦੇ ਨੇੜੇ ਨੇੜਾ ਤੇ ਨਾ ਹੁੰਦਾ ਹੀ ਕੋਈ ਨੀਗਾ ਕੋਈ ਵਿੱਚ, ਜਦੋਂ ਰੱਬ ਦੇ ਵੀ ਬਣੇ ਤੇ ਕਿਸੇ ਦਾ ਕੀ ਇੰਨਾ ਬਣਨਾ। ਉਹ ਸਿਆਪਾ ਇਹ ਵੀ ਪੰਜਾਬ ਦੇ ਵਿੱਚ ਗੁਰਪੁੱਤੀ ਜੀ ਤੇ ਰਹਿ ਕੋਈ ਜਿਹੜੇ ਕੋਈ ਚੰਗੇ ਬੰਦੇ ਸਾਰੇ ਇਕੱਠੇ ਹੋ ਕੇ, ਸਿੱਧੂ ਵਾਲੀ ਲੋਕ ਭਾਈ ਬੈਂਸ ਬ੍ਰਦਰ, ਇਹ ਸਾਰੇ ਕਿਤੇ ਇਕੱਠੇ ਹੋਣ ਕੋਈ ਗਰੁੱਪ ਬਣੇ ਇਹਨਾਂ ਦਾ, ਤੇ ਕਿਸੇ ਪਾਸੇ ਲੋਕ ਜਾਣ ਕਿਸੇ ਪਾਸੇ। ਸਿਆਪਾ ਇਹਨਾਂ ਵੀ ਆਉਣਾ ਤੇ ਫਿਰ ਇਹਨਾਂ ਦਾ ਪੈਸੇ ਵਾਲਾ 3-4 ਸਾਲਾਂ ਵਿੱਚ ਸਰਕਾਰੀ ਸਰਕਾਰ ਫਿਰ ਜੀ। ਥੈਂਕ ਯੂ ਕੈਪਟਨ ਦਾ ਕਾਕੀ ਨੇ ਕੀਤਾ ਵੀ ਚੱਕ ਨਾਲ ਜਿਹੜੇ ਪਾਰਟੀ ਟੈਕ ਲੱਗਦੀਆਂ। ਥੈਂਕ ਯੂ। ਦੇਖੋ ਭੁੱਲ ਸਾਹਿਬ, ਗੱਲ ਇਹ ਹੈ ਨਾ ਕਿ ਹਰ ਪੋਲੀਟੀਕਲ ਪਾਰਟੀ ਆਪਣਾ ਰਾਜਸੀ ਜਿਹੜਾ ਮੁਫਾਦ ਹੈ ਇਸ ਤਰ੍ਹਾਂ ਦੇ ਮਾਮਲਿਆਂ 'ਚ ਸੋਚਦੀ ਹੈ, ਵਿਰੋਧੀਆਂ ਨੂੰ ਭੰਡਣਾ, ਵਿਰੋਧੀਆਂ ਨੂੰ ਭੰਡ ਕੇ ਕੁਰਸੀ ਕਿਸੇ ਨਾ ਕਿਸੇ ਰੂਪ 'ਚ ਹਾਸਲ ਕਰਨੀ।
ਪਰ ਵੀ ਜੇ ਵੇਖਿਆ ਜਾਵੇ ਬੇਅਦਬੀ ਦੀ ਘਟਨਾ ਦਾ ਸਭ ਤੋਂ ਵੱਧ ਖਮਿਆਜ਼ਾ ਲੰਮੇ ਸਮੇਂ ਤੱਕ ਅਕਾਲੀ ਦਲ ਬਾਦਲ ਭੁਗਤੇਗਾ। ਸਿੱਖ ਕੌਮ ਦੇ ਜਿਹੜੇ ਜਥੇਦਾਰ ਨੇ ਉਹ ਖੁਦ ਇਸ ਮਾਮਲੇ ਤੋਂ ਬਾਅਦ ਕੌਮ ਦੇ ਹੱਥੋਂ ਬੇਪੱਤ ਹੋਏ। SGPC ਦੇ ਮੈਂਬਰ ਕੁੱਟੇ ਗਏ, ਅਕਾਲ ਤਖਤ ਦੇ ਜਥੇਦਾਰਾਂ ਦਾ ਜਿਹੜਾ ਪਿਆਰ ਸਤਿਕਾਰ ਮਿਆਰ ਹੈ ਉਹ ਡਿੱਗਿਆ ਕਿ ਉਹ ਵਿਸ਼ੇਸ਼ ਰਿਆਸੀ ਪਾਰਟੀ ਨਾਲ ਸੰਬੰਧਿਤ ਨੇ। ਅਤੇ ਇਸ ਘਟਨਾ ਦਾ ਸਿਆਸੀ ਫਾਇਦਾ ਕਿਹਨੂੰ ਹੋਇਆ? ਕਿਉਂਕਿ ਇੱਕ ਗੱਲ ਤਾਂ ਸਪੱਸ਼ਟ ਹੈ ਕਿ ਇਸ ਤਰ੍ਹਾਂ ਦੀ ਘਟਨਾ ਕਿਤੇ ਵੀ ਘਟਦੀ ਹੈ, ਜਿਸ ਧਿਰ ਨੂੰ ਉਸਦਾ ਸਿਆਸੀ ਫਾਇਦਾ ਹੁੰਦਾ ਹੈ ਉਹ ਧਿਰ ਹੀ ਕਿਤੇ ਨਾ ਕਿਤੇ ਇਸ ਤਰ੍ਹਾਂ ਦੇ ਮਾਮਲਿਆਂ 'ਚ ਜ਼ਿੰਮੇਵਾਰ ਵੀ ਹੁੰਦੀ ਹੈ। ਇਹ ਗੱਲ ਮੰਨਣੀ ਪਵੇਗੀ। ਪਰ ਕੋਈ ਵੀ ਸਿਆਸੀ ਧਿਰ ਕਦੇ ਵੀ ਇਸ ਤਰ੍ਹਾਂ ਜਿਹੜੀ ਹੈ ਜਨਤਕ ਨਹੀਂ ਹੁੰਦੀ। ਪਹਿਲਾਂ ਮੰਦਰਾਂ ਦੇ ਵਿੱਚ ਪੂੰਛਾਂ ਸੁੱਟੀਆਂ ਗਈਆਂ, ਗੁਰਦੁਆਰਿਆਂ ਦੇ ਵਿੱਚ ਤੰਬਾਕੂ ਸੁਟਵਾਇਆ ਗਿਆ, ਪਟਿਆਲੇ ਨਾਲ ਜਾਂ ਹੋਰ ਜਿਹੜੇ ਸ਼ਹਿਰਾਂ ਦੇ ਵਿੱਚੋਂ ਇਹ ਜਿਹੜੀ ਹੈ ਮਾੜੀ ਘਟਨਾਵਾਂ ਦੀ ਸ਼ੁਰੂਆਤ ਹੋਈ ਸੀ। ਉਸ ਦੌਰਾਨ ਸਮਾਜ ਕਿਸ ਤਰ੍ਹਾਂ ਆਪਸ ਦੇ ਵਿੱਚ ਵੰਡਿਆ ਗਿਆ। ਅਤੇ ਗੱਲ ਇਹ ਹੈ ਕਿ ਧਾਰਮਿਕ ਅਕੀਦਿਆਂ ਦੇ ਮਾਮਲੇ 'ਚ ਜਦੋਂ ਇਸ ਤਰ੍ਹਾਂ ਦੀ ਗੱਲ ਹੁੰਦੀ ਹੈ, ਜੇ ਦੇਖਿਆ ਜਾਵੇ ਪੰਜਾਬ 'ਚ ਹੀ ਕਿਉਂ ਹੁੰਦੀ ਹੈ, ਪੰਜਾਬ ਤੋਂ ਬਾਹਰ ਗੁਰੂ ਘਰ ਸੁਣਨੇ ਪਏ ਨੇ, ਉੱਥੇ ਕਿਤੇ ਬੇਅਦਬੀ ਦੀ ਘਟਨਾ ਸੁਣੀ ਹੈ? ਨਹੀਂ, ਸਿਰਫ ਪੰਜਾਬ 'ਚ ਹੀ ਹੁੰਦੀ ਹੈ ਕਿਉਂਕਿ ਇਸ ਦਾ ਰਾਜਸੀ ਮੰਤਵ ਹੈ। ਜੇ ਇੱਕ ਗ੍ਰੰਥੀ ਆਪਣੀ ਜੌਬ ਦੇ ਵਾਸਤੇ ਜਾਂ ਆਪਣੀ ਈਰਖਾ ਦੇ ਵੱਸ ਦੂਸਰੇ ਨੂੰ ਫਸਾਉਣ ਦੇ ਵਾਸਤੇ ਗੁਰੂ ਗ੍ਰੰਥ ਸਾਹਿਬ ਦੀ ਬੇਇੱਜ਼ਤੀ ਕਰਵਾ ਸਕਦਾ, ਬੇਅਦਬੀ ਕਰਾ ਸਕਦਾ, ਤਾਂ ਤੁਸੀਂ ਸੋਚੋ ਕਿ ਵੱਡੇ ਸਿਆਸਤਦਾਨ ਜਿਨ੍ਹਾਂ ਨੂੰ ਇਸ ਦਾ ਬਹੁਤ ਜ਼ਿਆਦਾ ਫਾਇਦਾ ਹੋਣਾ, ਉਹ ਤਾਂ ਇਸ ਤੋਂ ਵੀ ਜ਼ਿਆਦਾ ਕਰਵਾ ਸਕਦੇ ਨੇ। 112 ਘਟਨਾਵਾਂ ਜਿਹੜੀਆਂ ਕੈਪਟਨ ਦੇ ਰਾਜ ਦੇ ਵਿੱਚ ਘਟੀਆਂ, ਜਾਂ ਅਕਾਲੀਆਂ ਦੇ ਵਕਤ ਵੀ 70-80 ਘਟਨਾਵਾਂ ਘਟੀਆਂ, ਜਿਨ੍ਹਾਂ ਦੇ ਵਿੱਚੋਂ 2-4 ਚਲੋ ਨਹੀਂ ਟਰੇਸ ਹੋਈਆਂ ਅਜੇ ਤੱਕ, ਬਾਕੀ ਜਿਹੜੀਆਂ ਨੇ 80-90 ਘਟਨਾਵਾਂ ਅਕਾਲੀਆਂ ਦੇ ਵਕਤ ਵੀ ਘਟੀਆਂ। ਉਹਨਾਂ ਦੇ ਪਿੱਛੇ ਲੋਕਾਂ ਦਾ ਮਕਸਦ ਕੀ ਸੀਗਾ? ਕਿ ਬਸ ਸਾਡੀ ਗ੍ਰੰਥੀ ਦਾ ਉਹਦਾ ਪੱਕਾ ਰਹੇ, ਪ੍ਰਧਾਨਗੀ ਤੋਂ ਕਿਸੇ ਨੂੰ ਹਟਾਉਣਾ ਕਰ ਦਿਓ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਕੁਝ ਇੱਕ ਮੰਦਬੁੱਧੀਆਂ ਨੇ ਵੀ ਕੀਤੀ। ਅਤੇ ਕੁਝ ਜ਼ਿਆਦਾਤਰ 80% ਬੇਅਦਬੀਆਂ ਜਿਹੜੀਆਂ ਨੇ ਉਹ ਰਾਜਸੀ ਮਫਾਦ ਲਈ ਨਹੀਂ, ਨਿੱਜੀ ਮਫਾਦ ਲਈ ਹੋਈਆਂ, ਪ੍ਰਧਾਨਗੀਆਂ ਦੇ ਵਾਸਤੇ ਗ੍ਰੰਥੀਆਂ ਦੀ ਆਪਸੀ ਰੰਜਿਸ਼ ਦੇ ਵਿੱਚ। 2 ਔਰਤਾਂ ਦਾ ਕਤਲ ਹੋਇਆ, ਇੱਕ ਸ਼ਾਇਦ ਘਵੱਦੀ ਦੀ ਸੀ ਜਾਂ ਘੁਡਾਣੀ ਦੀ, ਬਲਵਿੰਦਰ ਕੌਰ ਇੱਕ ਹੋਰ ਸੀ। ਗੁਰੂ ਗ੍ਰੰਥ ਸਾਹਿਬ ਦੇ ਮਾਮਲੇ 'ਚ ਜਿਨ੍ਹਾਂ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਲੱਗੀ, ਉਹਨਾਂ ਨੇ ਉਹਨਾਂ ਔਰਤਾਂ ਦਾ ਕਤਲ ਕਰ ਦਿੱਤਾ ਕਿ ਇਹਨਾਂ ਨੇ ਬੇਅਦਬੀ ਕੀਤੀ ਹੈ, ਅਸੀਂ ਗੁਰੂ ਦਾ ਬਦਲਾ ਲੈ ਲਿਆ। ਸੋ ਇਹ ਵੀ ਗਲਤ ਹੈ, ਹੈ ਨਾ? ਜੇ ਅਸੀਂ ਇੱਕ ਆਜ਼ਾਦ ਮੁਲਕ ਦੇ ਵਿੱਚ ਰਹਿੰਦੇ ਹਾਂ, ਜੇ ਅਸੀਂ ਸੰਵਿਧਾਨ ਦੇ ਮੁਤਾਬਕ ਚੱਲਣਾ ਤਾਂ ਸਾਨੂੰ ਫਿਰ ਸੰਵਿਧਾਨ 'ਤੇ ਟੇਕ ਰੱਖਣੀ ਹੋਵੇਗੀ। ਜੇ ਅਸੀਂ ਸਾਰੇ ਹੀ ਫੈਸਲੇ ਖੁਦ ਕਰਨੇ ਨੇ, ਫਿਰ ਤਾਂ ਹਰ ਕੋਈ ਬੰਦਾ ਆਪਣਾ ਫੈਸਲਾ ਕਰੇਗਾ। ਸੋ ਇਸ ਕਰਕੇ ਤੁਸੀਂ ਸੋਚੋ ਕਿ ਜੇ ਇੱਕ ਗ੍ਰੰਥੀ ਨੇ ਆਪਣੀ ਜੌਬ ਪੱਕੀ ਰੱਖਣ ਵਾਸਤੇ ਜਾਂ ਦੂਸਰੇ ਨੂੰ ਕਢਾਉਣ ਦੇ ਵਾਸਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰ ਦਿੱਤੀ, ਤਾਂ ਇੱਕ ਰਾਜਸੀ ਧਿਰ ਜਾਂ ਇੱਕ ਰਾਜਸੀ ਨੇਤਾ ਤਾਂ ਇਸ ਤੋਂ ਵੀ ਹਜ਼ਾਰਾਂ ਕਦਮ ਅੱਗੇ ਜਾ ਸਕਦਾ। ਜੇ ਉਹਨੂੰ ਪਤਾ ਲੱਗੇ ਕਿ ਸਿੱਖਾਂ ਦੀ ਜਾਂ ਧਰਮ ਦੀ ਸਭ ਤੋਂ ਸੈਂਸਿਟਿਵ ਚੀਜ਼ ਇਹ ਹੈ, ਤੁਸੀਂ ਇਹ ਕਰ ਦਿਓ ਅਤੇ ਜਿਹੜਾ ਸਰਕਾਰ ਦਾ ਪਲਟਾ ਹੋ ਜਾਂਦਾ, ਅਰਾਜਕਤਾ ਫੈਲ ਜਾਂਦੀ ਹੈ। ਅਤੇ ਇਸ ਕਰਕੇ ਜਿਹੜੀਆਂ ਏਜੰਸੀਆਂ ਵੀ ਨੇ ਜਾਂ ਜਿਹੜੇ ਸਿਆਸੀ ਲੋਕ ਨੇ, ਉਹਨਾਂ ਦਾ ਇਹ ਟੂਲ ਹੈ। ਮੈਂ ਦਾਅਵੇ ਨਾਲ ਕਹਿੰਦਾ ਕਿ ਜਿੰਨੀ ਦੇਰ ਤੱਕ ਅਸੀਂ ਇਸ ਦੇ ਸਿੱਟਿਆਂ ਪ੍ਰਤੀ ਜਨੂੰਨ ਦੀ ਹੱਦ ਤੱਕ ਜਾਵਾਂਗੇ, ਉਨੀ ਦੇਰ ਤੱਕ ਇਹ ਘਟਨਾਵਾਂ ਨਹੀਂ ਰੁਕਣਗੀਆਂ। ਕਿਉਂਕਿ ਇੱਕ ਦੂਸਰੇ ਨੂੰ ਫਸਾਉਣਾ ਜਾਂ ਠਿੱਬੀ ਲਾਉਣ ਦੇ ਮਾਮਲੇ 'ਚ ਜੇ ਗ੍ਰੰਥੀ ਇਹ ਕੁਛ ਕਰ ਸਕਦਾ ਤਾਂ ਸਿਆਸਤਦਾਨ ਵੀ ਕਰ ਸਕਦੇ ਨੇ। ਗ੍ਰੰਥੀ ਜਿਹੜਾ ਧਰਮ ਦੇ ਬਿਲਕੁਲ ਨੇੜੇ ਰਿਹਾ, ਕਿੰਨੀਆਂ ਘਟਨਾਵਾਂ ਨੇ ਜਿਹੜੇ ਖੁਦ ਉਹ ਲੋਕਾਂ ਨੂੰ ਇਨਵੋਲਵ ਸੀਗੇ। ਸੋ ਇਸ ਕਰਕੇ ਇੱਕ ਵਾਰੀ ਇੱਕ ਪੁਲਿਸ ਦੇ ਸਾਬਕਾ ਅਧਿਕਾਰੀ ਨਾਲ ਗੱਲਬਾਤ ਹੋ ਰਹੀ ਸੀ,
ਉਹ ਕਹਿੰਦਾ ਵੀ ਦੇਖੋ ਸਿੱਖਾਂ ਨੂੰ ਆਪਸ ਦੇ ਵਿੱਚ ਲੜਾਉਣ ਖੰਡਾਉਣ ਆਪਸ ਵਿੱਚ ਲੜ ਕੇ ਮਰਾਉਣ ਵਾਸਤੇ ਕਿੰਨਾ ਵਧੀਆ ਟੂਲ ਹੈ ਲੋਕਾਂ ਕੋਲ। ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾਈ, ਲੋਕਾਂ ਨੇ ਜਥੇਦਾਰ ਘੁੱਟੇ, ਕੌਮ ਆਪਸ ਦੇ ਵਿੱਚ ਵੰਡੀ ਗਈ, ਜਿਹੜੀ ਸਾਰੀ ਐਨਰਜੀ ਹੈ ਸਿੱਖ ਕੌਮ ਦੀ ਉਹ ਸਾਰੀ ਇੱਕ ਦੂਸਰੇ ਨੂੰ ਭੰਡਣ 'ਤੇ ਲੱਗੀ ਹੋਈ ਹੈ। ਕੁਛ ਆਪਣੇ ਆਪ ਨੂੰ ਡਿਫੈਂਡ ਕਰਨ 'ਤੇ ਲੱਗੇ ਨੇ ਅਤੇ ਕੁਛ ਦੂਸਰੇ ਨੇ ਜਿਹੜੇ ਉਹਨਾਂ ਨੂੰ ਭੰਡਣ 'ਤੇ ਲੱਗੇ ਨੇ। ਅਤੇ ਇਹਦੇ 'ਚ ਪੰਜਾਬ ਦੀ ਜਿਹੜੀ ਆਰਥਿਕ ਸਥਿਤੀ ਹੈ ਉਸ ਦਾ ਵੀ ਬਹੁਤ ਵੱਡਾ ਨੁਕਸਾਨ ਹੈ। ਧਰਮ ਦਾ ਤਾਂ ਜੋ ਹੈ ਹੀ ਹੈ, ਪਰ ਧਰਮ ਜਿਹੜੀਆਂ ਚੀਜ਼ਾਂ ਨੇ, ਦੇਖੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਇਸ ਦੀਵੀ ਨੇ ਇਹ ਦੁੱਤੀ ਨੇ, ਪਰ ਇਸ ਦੌਰਾਨ ਕੁਛ ਘਟਨਾਵਾਂ ਜੇ ਅਸੀਂ ਵੇਖਿਆ ਜਾਵੇ ਕਿ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦਾ ਕਿਸੇ ਨੇ ਅਪਮਾਨ ਕੀਤਾ। 400 ਦੇ ਕਰੀਬ 300-400 ਘਟਨਾਵਾਂ ਇੱਦਾਂ ਦੀਆਂ ਪੰਜਾਬ 'ਚ ਹਰ ਵਰੇ ਘਟਦੀਆਂ ਨੇ ਕਿ ਅਸੀਂ ਆਪਣੀ ਲਾਪਰਵਾਹੀ ਦੇ ਨਾਲ ਖੁਦ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾ ਲੈਂਦੇ ਹਾਂ, ਸਰੂਪਾਂ ਨੂੰ ਅੱਗ ਲਾ ਲੈਂਦੇ ਹਾਂ, ਸਿਰਫ ਉੱਥੇ ਏਸੀ ਲਾਉਣ ਜਾਂ ਉੱਥੇ ਹੀਟਰ ਲਾਉਣ ਦੇ ਚੱਕਰਾਂ ਦੇ ਵਿੱਚ। ਗੁਰਬਾਣੀ 'ਚ ਲਿਖਿਆ ਕਿ ਨਾ ਉਹ ਸੋਸਨ ਨਾ ਉਹ ਸੀਤਾ, ਕਿ ਉਸ ਪਰਬਤਗਰ ਨੂੰ ਨਾ ਠੰਡ ਲੱਗਦੀ ਹੈ ਅਤੇ ਨਾ ਗਰਮੀ ਲੱਗਦੀ ਹੈ। ਅਸੀਂ ਕਿਸ ਪਾਸੇ ਨੂੰ ਜਾ ਰਹੇ ਹਾਂ? 300-400 ਸਰੂਪ ਹੈ ਜਿਹੜੇ ਅਸੀਂ ਖੁਦ ਅਗਨ ਭੇਟ ਕਰ ਲੈਂਦੇ ਹਾਂ, ਸੋ ਉਹ ਵੀ ਸਮਝਣ ਦੀ ਜ਼ਰੂਰਤ ਹੈ। ਦੂਸਰਾ, ਜਿਸ ਤਰ੍ਹਾਂ ਦੀਆਂ ਤਿਕੜਮਬਾਜ਼ੀਆਂ ਚੱਲਦੀਆਂ ਨੇ, ਅੱਜ ਸਾਨੂੰ ਸੋਨੇ ਦੀਆਂ ਪਾਲਕੀਆਂ ਵੱਡੇ ਗੁਰੂ ਘਰਾਂ ਦੀ ਜ਼ਰੂਰਤ ਨਹੀਂ। ਅੱਜ ਸਾਨੂੰ ਜ਼ਰੂਰਤ ਹੈ ਕਿ ਉੱਥੇ ਇੱਕ ਤਾਂ ਜੌਬ ਪੱਕੀ ਕੀਤੀ ਜਾਵੇ, 24 ਘੰਟੇ ਉੱਥੇ ਸੇਵਾਦਾਰ ਮਾਲੀ ਜੋ ਵੀ ਹੈ ਚੌਕੀਦਾਰ ਰੱਖੋ, ਉਹਨੂੰ ਕੁਛ ਵੀ ਰੱਖੋ। ਇਹ ਗੱਲ ਨਹੀਂ ਕਿ ਸੰਗਤ ਕੋਲ ਪੈਸੇ ਦੀ ਘਾਟ ਹੈ, ਤੁਸੀਂ ਜਿਹੜੀਆਂ ਲਜੀਜ਼ ਖਾਣਿਆਂ ਦਾ ਲੰਗਰ ਘਟਾ ਦਿਓ, 6-7 ਹਜ਼ਾਰ ਰੁਪਏ 'ਤੇ ਜੇ ਦਿਨ ਰਾਤ ਵਾਸਤੇ ਚੌਕੀਦਾਰ ਰੱਖਿਆ ਜਾ ਸਕਦਾ, ਇੱਕ ਗੁਰੂ ਘਰ 'ਚ ਕਿਵੇਂ ਚੋਰੀ ਹੋ ਜਾਏਗੀ? CCTV ਕੈਮਰੇ ਲੱਗਣ, ਪਰ ਅਸੀਂ ਉਸ ਪਾਸੇ ਨਹੀਂ ਜਾਣਾ। ਅਸੀਂ ਉੱਥੇ ਹੋਰ ਤਾਮ ਝਾਮ ਬਥੇਰਾ ਕਰ ਲੈਂਦੇ ਹਾਂ ਧਾਰਮਿਕ ਸਥਾਨਾਂ 'ਤੇ, ਲੰਗਰਾਂ 'ਤੇ, ਹੋਰ ਚੀਜ਼ਾਂ 'ਤੇ। ਜੇ ਉਹ ਖਰਚਾ, ਜੇ ਤੁਹਾਡੇ ਕੋਲ ਪੈਸੇ ਨਹੀਂ ਹੈ ਤਾਂ ਮੇਰਾ ਸੁਝਾਅ ਹੈ ਕਿ ਉਹ ਖਰਚਾ ਘਟਾ ਕੇ ਉੱਥੇ CCTV ਕੈਮਰੇ ਲਾਏ ਜਾਣ, ਅਤੇ ਉੱਥੇ ਜਿਹੜਾ ਸਮੋਕ ਡਿਟੈਕਟਰ ਲਾਇਆ ਜਾਵੇ ਜਿਹੜਾ 90 ਰੁਪਏ ਦਾ ਆ ਜਾਂਦਾ, ਮੈਨੂੰ ਦਿਖਾ ਦਿਓ ਪੰਜਾਬ ਦੇ ਕਿਹੜੇ ਗੁਰੂ ਘਰ 'ਚ ਸਮੋਕ ਡਿਟੈਕਟਰ ਲੱਗਿਆ ਕਿ ਜਦੋਂ ਸ਼ਾਰਟ ਸਰਕਟ ਹੋਵੇ ਪਤਾ ਲੱਗ ਜਾਵੇ ਕਿ ਭਾਈ। ਕਿੰਨੀਆਂ ਘਟਨਾਵਾਂ ਤਾਂ ਉਸ ਅਗਨ ਭੇਟ ਹੋਣ ਦੇ ਮਾਮਲੇ ਤੋਂ ਬਚਣ ਵਾਸਤੇ ਗ੍ਰੰਥੀ ਨੇ ਆਪਣੀ ਖੱਲ ਬਚਾਉਣ ਵਾਸਤੇ ਕਹਿ ਦਿੱਤਾ ਕਿ ਕਿਸੇ ਨੇ ਅੱਗ ਲਾਈ ਆ। ਸੋ ਇਹ ਤਿਕੜਮਬਾਜ਼ੀਆਂ ਹੁੰਦੀਆਂ ਨੇ। ਤੁਸੀਂ ਓਨਰ ਹੋ ਸਰ? ਟਵਾਣਾ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ। ਤੁਸੀਂ ਗੱਲ ਤਾਂ ਸਹੀ ਕਹੀ ਆ, ਜੋ ਵੀ ਕੀਤੀ ਆ ਸਾਡੇ ਗੁਰੂਆਂ ਦਾ ਹਾਲ, ਪਰ ਗੱਲ ਇਹ ਆ ਵੀ ਤੁਸੀਂ ਆਪਣੇ ਘਰ ਰਹਿੰਦੇ ਆ, ਤੁਹਾਡੇ ਘਰ 'ਚ 5 ਜਾਂ 7 ਮੈਂਬਰ ਹੋਣਗੇ, ਤੁਹਾਨੂੰ ਆਪਣੇ ਘਰ ਦਾ ਸਾਰਾ ਹੀ ਚੰਗਾ ਮਾੜਾ ਖਾਧਾ ਪੀਤਾ ਸਾਰਾ ਅੱਖਾਂ ਨਾਲ ਤੁਹਾਨੂੰ ਦੱਸਦਾ ਹੋਊਗਾ। ਤੁਸੀਂ ਪੱਤਰਕਾਰ ਆ, ਕਿੰਨੀ ਵਧੀਆ ਵਿਚਾਰ ਦਿੰਦੇ ਆ। ਇਸੇ ਤਰੀਕੇ ਦੇ ਨਾਲ ਜਿਹੜੀ ਹੁਣ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਹੋਈਆਂ, 2 ਜਵਾਨ ਮਰੇ ਆ, ਅੱਜ ਲਾਹਨਤ ਪੱਤਰ ਬਾਦਲਾਂ ਨੂੰ ਦਿੱਤਾ ਪੜ੍ਹ ਕੇ ਮਾਝੀ ਨੇ, ਉਹਦੇ ਵਿੱਚ ਤੁਸੀਂ ਖੁਦ ਦੇਖੋ ਵੀ ਹਾਲੇ ਤੱਕ ਇਹਨਾਂ ਨੇ, ਪਹਿਲਾਂ ਤਾਂ ਕਹਿੰਦੇ ਸੀ ਇਹ ਜੀ ਅਣਪਛਾਤੇ ਪੁਲਿਸ ਵਾਲੇ ਆ, ਫਿਰ ਆਪਣੇ ਕੈਪਟਨ ਨੇ ਲੈ ਆਉਂਦਾ ਗੋਟਕਾ ਸਾਹਿਬ ਦੀ ਸਹੁੰ ਕਰਕੇ ਲੋਕਾਂ ਨੂੰ ਗੁੰਮਰਾਹ ਕਰ ਲਿਆ ਵੀ ਮਗਰ ਵੀ ਹਾਂ ਮੈਂ ਤੁਹਾਡਾ ਫੈਸਲਾ ਜ਼ਰੂਰ ਕਰਾਊਂਗਾ, ਗੁਰੂ ਦੀ ਬੇਅਦਬੀ ਦਾ ਹਿਸਾਬ ਜ਼ਰੂਰ ਦਊਂਗਾ। ਨਾ ਤਾਂ ਬਾਦਲਾਂ ਨੇ ਦਿੱਤਾ, ਨਾ ਕੈਪਟਨ ਨੇ ਦਿੱਤਾ। ਤੁਸੀਂ ਹੁਣ ਘਰ ਵਿੱਚ ਬੈਠੇ 5-7 ਮੈਂਬਰਾਂ 'ਚ ਜਿਹੜਾ ਗਲਤ ਆ ਤੁਸੀਂ ਕਹੀ ਸਕਦੇ ਵੀ ਤੇਰੀ ਗਲਤੀ ਆ, ਗਲਤੀ ਮੰਨ ਜਾਂ ਤੇਰੇ 'ਤੇ ਮੈਂ ਕਾਰਵਾਈ ਕਰੂੰਗਾ। ਇੱਦਾਂ ਹੀ ਇਹਨਾਂ ਦੇ ਪ੍ਰਕੋਲ ਪਾਵਰ ਆ। ਹੁਣ ਸੁਖਬੀਰ ਬਾਦਲ ਵੀ ਸ਼ੇਖ ਚਿੜੀ ਵਾਲੀਆਂ ਗੱਲਾਂ ਕਰਦਾ ਆ, ਹੁਣੇ ਕਹਿਣ ਲੱਗ ਪਿਆ ਵੀ ਗਾਂ ਵਾਸਤੇ ਮੈਂ ਹੀ ਮੁੱਖ ਮੰਤਰੀ ਬਣਨਾ, ਮੇਰੀ ਝੰਡੀ ਲੱਗਣੀ ਆ, ਵੀ ਮੈਂ 5-7 ਸੌ ਬੰਦਾ ਦੇ ਦਿੱਤਾ ਪੰਜਾਬ ਨੂੰ, ਮੈਂ ਨੌਕਰੀ ਲਵਾਤੀ, ਮੈਨੂੰ 10 ਬੰਦੇ ਗਿਣਾ ਦੇਵੇ, ਕਿਹੜੇ ਕਿਹਨਾਂ ਨੂੰ ਨੌਕਰੀ ਦਵਾਈ ਆ। ਹਾਂ ਇੰਨਾ ਜ਼ਰੂਰ ਆ, ਸਾਡੇ ਗੁਰੂ ਦੀ ਬੇਅਦਬੀ ਦਾ ਨਹੀਂ ਹਾਲ ਤੱਕ ਸੁਖਬੀਰ ਬਾਦਲ ਸਾਹਿਬ ਨੇ ਵੀ ਹਿਸਾਬ ਦਿੱਤਾ ਵੀ ਮੈਂ ਫੜ ਕੇ ਉਹਨਾਂ ਨੂੰ ਅੰਦਰ ਦਊਂਗਾ, ਜਿਹਨਾਂ ਨੇ ਵੀ ਇਹ ਕੰਮ ਕੀਤਾ ਇਹਦੀ ਪੈਰਵਾਈ ਹੋਊਗੀ। ਪਰ ਨਹੀਂ,
ਸਾਡੇ ਲੋਕੀ ਜਿੰਨੇ ਵੀ ਆ ਨਾ ਪੰਜਾਬ ਦੇ, ਇਹਨਾਂ ਨੂੰ ਕੁੱਟ ਖਾਣ ਦੀ ਆਦਤ ਆ, ਡਾਂਗਾਂ ਇਹਨਾਂ ਦੇ ਪੈਣੀਆਂ ਚਾਹੀਦੀਆਂ, ਪਾਣੀ ਦੀਆਂ ਗੰਦੇ ਦੀਆਂ ਪਛਾੜਾਂ, ਕਿਉਂ ਇਹ ਭੁੱਲ ਭੁਲਾ ਜਾਂਦੇ ਆ, ਇਹ ਫਿਰ ਲਾਈਨਾਂ ਲਾ ਕੇ ਮਗਰ ਤੁਰ ਪੈਂਦੇ। ਕਿਸੇ ਵੀ ਲੀਡਰ ਨੂੰ ਸਾਡੇ ਗੁਰੂ ਦੀ ਬੇਅਦਬੀ ਦੇ ਨਾਲ ਕੋਈ ਕੇਅਰ ਨਹੀਂ, ਉਹ ਕਹਿੰਦੇ ਹੋ ਹੀ ਜਾਣਦੇ ਜਿੱਦਾਂ ਮਰਜ਼ੀ, ਪਰ ਸਾਡੀ ਕੁਰਸੀ ਏਦੀ ਟਿਕੀ ਰਹਿਣੀ ਚਾਹੀਦੀ ਆ। ਬਾਦਲ ਸਾਹਿਬ ਹੁਣ ਆਖਰੀ ਉਮਰ ਤੇ ਪਹੁੰਚੇ ਆ, ਉਹਨਾਂ ਦੀ ਲੰਬੀ ਉਮਰ ਹੋਵੇ, ਹਾਲੇ ਤੱਕ ਵੀ ਕੋਈ ਹਿਸਾਬ ਕਿਤਾਬ ਦੇ ਦੇਣ ਦਾ ਹਿਸਾਬ ਕਿਤਾਬ, ਬਈ ਆਹ ਲੈ ਚੱਕੋ ਬਈ ਇਹਨੇ ਬੰਦੇ ਨੇ ਗਲਤੀ ਕੀਤੀ ਜਾਂ ਮੇਰੇ ਕੋ ਗਲਤੀ ਹੋਈ ਆ, ਮੈਂ ਮਾਫ਼ੀ ਮੰਗਦਾ, ਜਾਂਦੇ ਜਾਂਦੇ ਕੁਛ ਨਾ ਕੁਛ ਖੱਟ ਜਾਣਗੇ। ਪਰ ਨਹੀਂ, ਇਹਨਾਂ ਨੇ ਕਿਸੇ ਨੇ ਨਹੀਂ ਕਰਨਾ, ਨਾ ਕੈਪਟਨ ਨੇ ਨਾ ਬਾਦਲਾਂ ਨੇ, ਸੰਧੀ ਹੋਈ ਆ ਇਕੱਠੇ ਆ, ਪਰ ਲਾਹਤਾ ਇਹਨਾਂ ਦੇ ਸਾਰੀ ਜ਼ਿੰਦਗੀ ਜਿਹੜੀ ਤਾਂ ਲੰਘ ਗਈ ਆ, ਉਹ ਬਹੁਤ ਵਧੀਆ ਲੰਘ ਗਈ ਆ, ਅਸੀਂ ਉਹ ਦੁਆਵਾ ਕਰਾਂਗੇ। ਥੈਂਕ ਯੂ। ਦੇਖੋ, ਇਸ ਮਾਮਲੇ 'ਚ ਡੇਰਾ ਸਿਰਸਾ ਵੱਲ ਨੂੰ ਜਿਹੜਾ ਇਸ਼ਾਰਾ ਹੋਇਆ ਸੀ, ਉਸ ਮਾਮਲੇ 'ਚ ਕੁਛ ਵਿਅਕਤੀ ਫੜੇ ਗਏ ਸੀ, ਜਿਸ ਦੌਰਾਨ ਜੇਲ੍ਹ ਦੇ ਵਿੱਚ ਉਸਦਾ ਮਰਡਰ ਹੋ ਗਿਆ। ਮਤਲਬ ਇੰਨੀ ਸਖਤ ਸਿਕਿਉਰਿਟੀ ਦੇ ਵਿੱਚ ਉਸ ਵਿਅਕਤੀ ਦਾ ਕਤਲ ਹੋ ਜਾਂਦਾ, ਮੁੱਦਾ ਖਤਮ। ਸੋ ਇਸ ਕਰਕੇ ਸਿਆਸੀ ਧਿਰਾਂ ਨੇ ਕਿਸੇ 'ਤੇ ਗਾਜ ਨਹੀਂ ਡਿੱਗਣੀ, ਸਿਰਫ ਇਹ ਲੋਕ ਕੁਰਸੀ ਦੇ ਵਾਸਤੇ ਇਹ ਸਾਰਾ ਖੇਡ ਰਚਿਆ ਗਿਆ। ਇੱਕ ਧਿਰ ਦਾ ਨੁਕਸਾਨ ਹੋਇਆ, ਦੂਸਰੀ ਨੇ ਉਸਦਾ ਫਾਇਦਾ ਲੈਣ ਦੀ ਕੋਸ਼ਿਸ਼ ਕੀਤੀ, ਦੂਜਿਆਂ ਨੇ ਵੀ ਕੀਤੀ, ਹਰ ਧਿਰ ਇਸ ਦਾ ਫਾਇਦਾ ਲੈਣ ਦੀ ਕੋਸ਼ਿਸ਼ ਕਰਦੀ ਹੈ, ਹੈ ਨਾ। ਅਤੇ ਇਸ ਦੌਰਾਨ ਜਿਹੜਾ ਹੈਗਾ, ਅਸਲ ਜਿਹੜੇ ਵਿਅਕਤੀਆਂ ਵੱਲੋਂ ਉਂਗਲ ਗਈ ਸੀਗੀ, ਉਹ ਮਤਲਬ ਉਹਨਾਂ ਦਾ ਮਰਡਰ ਸ਼ੱਕੀ ਹਾਲਾਤਾਂ 'ਚ ਹੋ ਗਿਆ। ਇਹ ਵੀ ਨਹੀਂ ਪਤਾ ਕਿ ਉਹ ਲੋਕ ਇਨਵੋਲਵ ਸੀਗੇ ਜਾਂ ਨਹੀਂ ਡੇਰਾ ਸਿਰਸਾ ਵਾਲੇ, ਪਰ ਉਸ ਵਿਅਕਤੀ ਦਾ ਮਰਡਰ ਹੋ ਗਿਆ, ਮੁੱਦਾ ਖਤਮ। ਸਿਆਸਤਦਾਨ ਨੇ ਜਿਹੜੇ ਇਸ ਮਾਮਲੇ ਦੇ ਪਿੱਛੇ ਸੀ, ਅਸਲ ਦੋਸ਼ੀ ਸੀ, ਉਹ ਲੋਕ ਆਰਾਮ ਦੇ ਨਾਲ ਬਚ ਨਿਕਲੇ ਨੇ। ਅਰਬਾਂ ਖਰਬਾਂ ਰੁਪਏ ਦਾ ਅਸੀਂ ਨੁਕਸਾਨ ਕਰ ਲਿਆ ਜਿਹੜਾ 15 ਦਿਨ ਪੰਜਾਬ ਬੰਦ ਰਿਹਾ। ਸੋ ਇਸ ਕਰਕੇ ਇਸ ਮਾਮਲੇ ਦੇ ਵਿੱਚ ਕੀ ਕਿਹਾ ਜਾਵੇ ਇਹਨਾਂ ਲੋਕਾਂ ਦਾ, ਮਤਲਬ ਜਿਹੜੇ ਸਾਡੇ ਸਿਆਸਤਦਾਨ ਜਿਹੜੇ ਧਰਮ ਦੇ ਨਾਂ 'ਤੇ, ਮਜ਼ਹਬ ਦੇ ਨਾਂ 'ਤੇ, ਪੰਜਾਬੀਅਤ ਦੇ ਨਾਂ 'ਤੇ ਸਿਆਸਤ ਕਰਦੇ ਨੇ। ਕੋਈ ਗੁਟਕਾ ਚੱਕ ਕੇ ਸਹੁੰ ਚੱਕ ਰਿਹਾ ਕਿ ਮੈਂ ਵੱਡਾ ਸਿੱਖ ਹੈ, ਕੋਈ ਪਾਠ ਘਲਾ ਕੇ ਕਹਿ ਰਿਹਾ ਕਿ ਮੈਂ ਵੱਡਾ ਸਿੱਖ ਹੈ। ਤੁਸੀਂ ਆਨਰ ਹੋ ਸਰ। ਹੈਲੋ ਹੈਲੋ, ਸਤਿ ਸ੍ਰੀ ਅਕਾਲ ਬਾਈ ਜੀ। ਜੀ ਸ਼੍ਰੀ ਅਕਾਲ ਸਾਹਿਬ, ਸਤਿ ਸ੍ਰੀ ਅਕਾਲ ਵੀਰ। ਹਾਂਜੀ ਬਾਈ ਜੀ, ਮੈਂ ਤਾਂ ਇਹ ਕਹੂੰਗਾ ਜਦੋਂ ਇਹ ਧਰਮ ਦੇ ਨਾਂ ਤੇ ਇਹਨਾਂ ਨੇ ਕਲੱਚਰ ਪਾਈ ਆ ਲੋਕਾਂ ਦੇ ਵਿੱਚ, ਨੁਕਸਾਨ ਹੋਇਆ, ਜਾਨੀ ਵੀ ਹੋਇਆ ਤੇ ਮਾਲੀ ਵੀ ਨੁਕਸਾਨ ਹੋਇਆ ਜੀ, ਆਪਾਂ 78 ਤੋਂ ਲੈ ਲਓ ਵੀ ਕਿਵੇਂ ਦੁਬਾਰਾ ਸਿੱਖ ਤੇ ਜਾਨੀ ਜੈਸਨ ਦੀ ਇਹ ਇੱਕ ਜਿਹੜੀ ਜੋੜੀ ਧੀ ਤੇ ਜਾਂ ਚਾਲੀਆਂ ਨੂੰ ਉੱਚੇ ਲਾਉਣ ਖਾਤਰ ਕੀ ਕੁਛ ਘੋਲ ਚੱਲ ਰਿਹਾ ਸੀ ਉਹਨੂੰ ਡਿਵਰਸ਼ਨ ਕਰਨ ਦੀ ਖਾਤਰ, ਬਈ ਇੱਕ ਸਿਰ ਤੇ ਸਿਰਫ ਬਰਗਾੜੀ ਦੇ ਉਹ ਤੋਂ ਚੋਰੀ ਹੋਏ ਤੇ ਖੰਡਾਏ ਗਏ ਪੱਤਾ ਉਹ ਸਾਂਭ ਕੇ ਰੱਖਿਆ ਪਹਿਲਾਂ ਚੋਰੀ ਕਰਕੇ ਚੋਣ ਮੁੱਦੇ ਤਰ੍ਹਾਂ ਰੱਖ ਲਿਆ ਜਾਊਗਾ, ਪਰ ਸੌਦੇ ਚੋਣਾਂ ਚ ਜਾਂ ਜਿਹੜੀ ਚੋਣ ਆਉਣ ਜਾਂ ਦੂਜੀਆਂ ਚੋਣਾਂ ਆਉਣ ਉਹਨਾਂ ਚ ਜ਼ਰੂਰ ਭਾਰ ਲਿਆ ਜਾਊਗਾ, ਨਿਆਂ ਕਿਸੇ ਨੂੰ ਵੀ ਮਿਲਣਾ, ਇੱਕ ਦਿਸਿਆ ਜਾਊਗਾ ਇੱਕ ਦੂਜੇ ਦੀ ਪਿੱਛ ਜ਼ਰੂਰ ਫਰਕ ਦੇ ਨਜ਼ਰ ਤੇ ਆਉਣਗੇ ਦੋਨੇ ਜਿਹੜੇ ਧਰਗਿਆ ਚ ਲੀਡਰ ਹੈ ਜਿਹੜੀਆਂ ਰਵਾਇਤੀ ਪਾਰਟੀਆਂ ਬਣਗੀ। ਮੈਂ ਤਾਂ ਲੋਕਾਂ ਨੂੰ ਕਹੂੰਗਾ ਸੁਚੇਤ ਹੋਣ, ਵੋਟਾਂ ਪਾਉਣ ਮੌਕੇ ਜਿਹਨਾਂ ਹੁਣ ਵੀ ਇਹਨਾਂ ਦੇ ਥੋੜੇ ਜਿਹੇ ਪਾਰਟੀਆਂ ਮਗਰ ਜਿਹੜੇ ਚੇਅਰਮੈਨੀਆਂ ਲੈਂਦੇ ਜਾਂ ਛੋਟੇ ਛੋਟੇ ਕੰਮਾਂ ਪਿੱਛੇ ਵੋਟਾਂ ਪਾਉਂਦੇ ਆ, ਦੇਖੋ ਸੁਖਬੀਰ ਬਾਦਲ ਜਲਾਲਾਬਾਦ ਚੋਂ ਕਿੰਨੀਆਂ ਵੋਟ ਲੈ ਗਿਆ, ਹਾਲਾਂਕਿ ਉਹਨਾਂ ਦਾ ਨਾਮ ਪੂਰਾ ਬਦਨਾਮ ਸੀ ਇਸ ਫੈਕਟ ਦੇ ਵਿੱਚ। ਸੋ ਸਾਡੇ ਲੋਕਾਂ ਨੂੰ ਵੀ ਸੁਚੇਤ ਹੋਣ ਦੀ ਲੋੜ ਹੈ, ਇਹਨਾਂ ਨੂੰ ਸਵਾਲ ਪੁੱਛਣ ਹੀਰੋ ਨਾ ਬਣਾਉਣ ਜਾਂ ਮਾੜੇ ਮੋਟੇ ਕੰਮਾਂ ਨਾਲੀਆਂ ਤੱਕ ਡੂਬੀਆਂ ਤੱਕ ਨਾ ਜਾਣ, ਇਹਨਾਂ ਨੂੰ ਸਵਾਲ ਪੁੱਛਣਾ ਦੇ ਬੱਚਿਆਂ ਦਾ ਭਵਿੱਖ, ਸਕੂਲਾਂ ਦਾ, ਏਅਰ ਦਾ,
ਐਜੂਕੇਸ਼ਨ ਦਾ ਇਹ ਜੀ ਗੱਲ ਕਰਨ ਬਾਈ ਜੀ, ਜਿਵੇਂ ਚਰਾਈ ਨਹੀਂ ਕਰਦੇ ਇਹਨਾਂ ਨਾਲ, ਇਹ ਜਿਹੇ ਧਾਰਮਿਕ ਨਾਂ ਦੇ ਤੌਰ ਤੇ ਦੰਗੇ ਕਰਾ ਕੇ ਲੋਕਾਂ ਨੂੰ ਰਿਪੋਰਟਾਂ ਲੈਂਦੇ ਰਹਿਣਗੇ। ਬਾਈ ਜੀ ਮੈਂ ਇੰਨਾ ਹੀ ਕਹੂੰਗਾ। ਥੈਂਕ ਯੂ, ਮਿਹਰਬਾਨੀ ਜੀ। ਬਿਲਕੁਲ, ਕਿਸੇ ਦਾ ਵੀ ਰਾਜ ਭਾਗ ਡਿਵੈਲਪਮੈਂਟ ਵੇਖੀ ਜਾਵੇ ਕਿ ਕੰਮ ਕਿਹਨੇ ਕਰਾਇਆ। ਸੋ ਇਸ ਤਰ੍ਹਾਂ ਦੇ ਧਾਰਮਿਕ ਭਾਵੇਂ ਘਟਾਓ ਨੇ ਪਰ ਧਾਰਮਿਕ ਵਾਧੇ ਨੇ। ਹੁਣ 550 ਸਾਲਾਂ ਮਨਾ ਰਹੇ ਨੇ, ਕੋਈ ਜੇ 550 ਸਾਲਾਂ ਤੋਂ ਜ਼ਿਆਦਾ ਵਧੀਆ ਤਰੀਕੇ ਨਾਲ ਮਨਾ ਦੇਗਾ ਤਾਂ ਉਹਦਾ ਪੰਜਾਬ ਦੇ ਲੋਕਾਂ ਨੂੰ ਕੀ ਫਾਇਦਾ ਹੋਏਗਾ? 4 ਦਿਨਾਂ ਦੀ ਚਾਨਣੀ ਫਿਰ ਹਨੇਰੀ ਰਾਤ, 550 ਸਾਲ ਹੋ ਗਏ ਨੇ ਗੁਰੂ ਨਾਨਕ ਸਾਹਿਬ ਦਾ ਅਸੀਂ ਇਹ ਫਲਸਫਾ ਸੁਣ ਰਹੇ ਹਾਂ। ਹਾਲਾਂਕਿ ਭਗਤ ਕਬੀਰ ਸਾਹਿਬ ਜਾਂ ਹੋਰ ਜਿਹੜੇ ਪੁਰਾਤਨ ਭਗਤ ਨੇ ਉਹ ਇਸ ਤੋਂ ਪਹਿਲਾਂ ਦੇ ਵੀ ਨੇ ਜਿਨ੍ਹਾਂ ਦੀ ਬਾਣੀ ਦਰਜ ਹੈ ਗੁਰੂ ਗ੍ਰੰਥ ਸਾਹਿਬ 'ਚ, ਅਸੀਂ ਉਹ ਤੋਂ ਸਿੱਖਿਆ ਕੀ ਹੈ? ਵਿਸ਼ਵ ਦੇ ਹੋਰ ਮੁਲਕਾਂ ਦੇ ਮੁਕਾਬਲੇ ਅਸੀਂ ਕਿੰਨੀ ਕੁ ਤਰੱਕੀ ਯਾਫਤਾ ਹੋ ਗਏ ਹਾਂ, ਪਰ ਉਹ ਸੈਲੀਬ੍ਰੇਸ਼ਨ ਕਿ ਇੰਨੇ ਕੁਇੰਟਲ ਫੁੱਲ ਆ ਅਤੇ ਇੰਨੇ ਕੁਇੰਟਲ, ਇੱਕ ਗੱਲ ਵੈਸੇ ਤਾਂ ਮਿੱਥ ਹੈ ਪਰ ਚਲੋ ਲੌਜਿਕ ਵੀ ਕਹਿ ਲਓ ਉਹਨੂੰ, ਉਸ ਲਈ ਵੀ ਕਹਿ ਦਿਓ ਕਿ ਗੁਰੂ ਸਾਹਿਬ ਦਾ ਇਹ ਮਤਲਬ ਵਚਨ ਸੀਗਾ ਕਿ ਜਿਹੜਾ ਕੋਈ ਮੇਰੇ ਮੰਦਰ ਮਹਿਲ ਬਣਾਊਗਾ ਉਹਦਾ ਕੱਖ ਨਹੀਂ ਰਹੇਗਾ, ਕਿਹਾ ਜਾਂਦਾ ਹੈ ਮਹਾਰਾਜਾ ਰਣਜੀਤ ਸਿੰਘ ਬਾਰੇ ਲੋਕ ਕਹਿ ਦਿੰਦੇ ਆ, ਮਿੱਥ ਹੈ ਵੈਸੇ ਤਾਂ ਮੈਂ ਇਹਨੂੰ ਕੋਈ ਸੱਚਾਈ ਨਹੀਂ ਮੰਨਦਾ, ਕਿ ਜਿਹੜਾ ਮੇਰੇ ਇਸ ਤਰ੍ਹਾਂ ਸੋਨੇ ਦੇ ਮੰਦਰ ਬਣਾਊਗਾ ਉਹਦਾ ਖਾਨਦਾਨ ਖਤਮ ਹੋ ਜਾਊਗਾ। ਪਰ ਸ਼ਾਇਦ ਮੈਨੂੰ ਲੱਗਦਾ ਜੇ ਗੁਰੂ ਸਾਹਿਬ ਨੇ ਕਿਹਾ ਤਾਂ ਚੰਗਾ ਹੀ ਕਿਹਾ ਹੋਵੇਗਾ, ਕਿਉਂਕਿ ਅਸੀਂ ਜਾ ਕੇ ਇਸ ਪਾਸੇ ਨੂੰ ਰਹੇ ਹਾਂ। ਮਹਾਰਾਜਾ ਰਣਜੀਤ ਸਿੰਘ ਨੇ ਸੋਨੇ ਦਾ ਦਰਬਾਰ ਸਾਹਿਬ ਬਣਾ ਦਿੱਤਾ, ਇੱਕ ਭੱਲ ਬਣਾ ਦਿੱਤੀ, ਪਰ ਅਸੀਂ ਇੱਕ ਦੌੜ 'ਚ ਸ਼ਾਮਲ ਹੋ ਗਏ ਹਾਂ। ਉਸ ਤੋਂ ਬਾਅਦ ਤੁਸੀਂ ਵੇਖੋ ਕਿ ਹਰ ਵਾਰੀ ਗੁਰੂ ਗ੍ਰੰਥ ਸਾਹਿਬ ਦੇ ਸਮਾਗਮ ਜਿਹੜੇ ਨੇ ਉਹ ਕਿੰਨੇ ਹੋਣ ਲੱਗ ਪਏ ਨੇ। ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਹੈ, ਆਪ ਨੂੰ ਮੁਬਾਰਕ ਹੋਵੇ, ਪਰ ਅਸੀਂ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੀ ਬਾਣੀ ਤੋਂ ਕੀ ਗ੍ਰਹਿਣ ਕੀਤਾ? ਸਿਰਫ ਉਸ ਦੇ ਉਹਨਾਂ ਦੇ ਪ੍ਰਕਾਸ਼ ਪੁਰਬ ਦੇ ਉੱਤੇ ਕੁਇੰਟਲਾਂ ਦੇ ਕੁਇੰਟਲ ਅੱਜ ਫਿਰ ਫੁੱਲ ਲੱਗ ਰਹੇ ਨੇ, ਡੈਕੋਰੇਸ਼ਨ ਹੋ ਰਹੀ ਹੈ। 100 ਬੰਦਾ ਕਲਕੱਤੇ ਤੋਂ ਮਿਲਾਇਆ, ਜਿਵੇਂ ਪਹਿਲਾਂ 1.25 ਕਰੋੜ ਰੁਪਇਆ ਇੱਕ ਸ਼ਰਧਾਲੂ ਨੇ ਲਾਇਆ ਸੀ। ਮਤਲਬ ਅਸੀਂ ਜਿਹੜਾ ਦੌੜ ਕਿ ਸਾਡਾ ਧਾਰਮਿਕ ਸਥਾਨ ਸਭ ਤੋਂ ਅਲੋਕਾਰ ਲੱਗੇ, ਅਸੀਂ ਉਸ ਪਾਸੇ ਨੂੰ ਜਾ ਰਹੇ ਹਾਂ, ਬਜਾਏ ਕਿ ਉਸ ਦੇ ਫਲਸਫੇ ਨੂੰ ਆਪਣੇ ਆਪ 'ਤੇ ਲਾਗੂ ਕਰਨ ਕਿ ਉਹਨਾਂ ਨੇ ਜਿਹੜੀਆਂ ਸਾਨੂੰ ਸਿੱਖਿਆਵਾਂ ਦਿੱਤੀਆਂ ਸੀਗੀਆਂ ਅਸੀਂ ਉਹਨਾਂ ਨੂੰ ਲਾਗੂ ਕਰੀਏ। ਜੇ ਗੁਰੂ ਸਾਹਿਬ ਨੇ ਅਮੀਰਾਂ ਦਾ ਲੰਗਰ ਨਕਾਰਿਆ, ਮਲਕ ਭਾਗੋ ਦਾ ਲੰਗਰ ਲਜੀਜ਼ ਨਕਾਰਿਆ ਅਤੇ ਭਾਈ ਲਾਲੋ ਨੂੰ ਹੈ ਜਿਹੜੇ ਪ੍ਰਧਾਨਤਾ ਦਿੱਤੀ, ਅਸੀਂ ਕੀ ਉਸ ਪਾਸੇ ਨੂੰ ਜਾ ਰਹੇ ਹਾਂ? ਅਸੀਂ ਤਾਂ ਉਹੀ ਮਲਕ ਭਾਗੋਆਂ, ਹੁਣ ਜਿਹੜਾ ਮਾਤੜ ਬੰਦਾ ਤੁਸੀਂ ਹਿਸਾਬ ਲਾ ਲਓ ਕਿ ਇੱਕ ਮਾਤੜ ਬੰਦਾ, ਰੁਜ਼ਗਾਰ ਵਾਲਾ ਬੰਦਾ ਜਿਹਦੀ ਨੇਕ ਕਮਾਈ ਹੈ, ਉਹ ਕਿੰਨਾ ਕੁ ਦਾਨ ਦੇ ਦੇਗਾ? ਦਾਨ ਉਹੀ ਕਰਦਾ ਜਿਹਨਾਂ ਕੋਲ ਬੇਤਹਾਸ਼ਾ ਲੁੱਟ ਦਾ ਮਾਲ ਹੈ, ਉਹ ਸਿਰਫ ਆਪਣੀ ਹਉਮੈ ਨੂੰ ਪੱਠੇ ਪਾਉਣ ਦੇ ਲਈ, ਜਾਂ ਫਿਰ ਉਹ ਅੰਦਰੋਂ ਡਰ ਕਿ ਯਾਰ ਇਹ ਇੰਨੀ ਅਗਰ ਇਹਦੀ ਮਾਇਆ ਇਕੱਠੀ ਕਰ ਲਈ, ਇਹਨੂੰ ਲਾਈਏ ਕਿਸ ਪਾਸੇ, ਕੋਈ ਦਸੌਂਦ ਕੱਢ ਦਈਏ ਤਾਂ ਜੋ ਬਾਕੀ ਦੀ ਹੈ ਜਿਹੜੀ ਜਸਟੀਫਾਈ ਹੋ ਜਾਵੇ। ਸੋ ਇਹ ਜਿਹੜਾ ਲੁੱਟ ਦਾ ਮਾਲ ਧਾਰਮਿਕ ਸਥਾਨਾਂ 'ਤੇ ਚੜ੍ਹਦਾ ਹੈ ਇਹ ਵੀ ਇੱਕ ਕਾਰਨ ਹੈ, ਅਤੇ ਭਾਈ ਲਾਲੋ ਕੀ ਚੜ੍ਹਾ ਸਕਦਾ ਤੁਸੀਂ ਦੱਸੋ? ਚੜ੍ਹਾਏਗਾ ਤਾਂ ਅਮੀਰ ਮਲਕ ਭਾਗੋ ਹੀ, ਮੈਂ ਤੁਸੀਂ ਅਸੀਂ ਦੇ ਦਾਂਗੇ ਕਰੋੜਾਂ ਰੁਪਈਏ, ਨਹੀਂ। ਜਿਨ੍ਹਾਂ ਦਾ ਹੈਂਡ ਟੂ ਮਾਊਥ ਆ ਜਾਂ ਮਿਹਨਤ ਦੇ ਵਿੱਚ ਇਸ ਮੁਲਕ 'ਚ ਕਿੰਨੇ ਕੁ ਪੈਸੇ ਬਣਦੇ ਨੇ ਮੈਨੂੰ ਦੱਸ ਦਿਓ। ਜੇ ਬਾਦਲ ਸਾਹਿਬ ਦੀਆਂ ਬੱਸਾਂ 400 ਤੋਂ 500 ਹੋ ਗਈਆਂ ਨੇ ਜਾਂ 700 ਹੋ ਗਈਆਂ ਨੇ, ਅਤੇ ਬਰਾਬਰ ਮਨਪ੍ਰੀਤ ਦਾ ਉਹਦੀਆਂ ਕਿੰਨੀਆਂ ਕੁ ਹੋ ਗਈਆਂ, ਹੋਰ ਵੀ ਟਰਾਂਸਪੋਰਟਰ ਨੇ ਲਿਬੜੇ ਵਾਲੇ ਉਸ ਤੋਂ ਪਹਿਲਾਂ ਦੇ ਨੇ, ਇਹਨਾਂ ਦੀਆਂ ਕਿੰਨੀਆਂ ਕੁ ਹੋ ਗਈਆਂ ਜਾਂ ਹੋਰਾਂ ਦੀਆਂ ਕਿੰਨੀਆਂ ਕੁ ਹੋ ਗਈਆਂ? ਸੋ ਇਸ ਕਰਕੇ ਇਹ ਜਿਹੜੇ ਇਸ ਤਰ੍ਹਾਂ ਦੇ ਕਾਰਪੋਰੇਟ ਅਦਾਰੇ ਬਣਦੇ ਨੇ ਅਤੇ ਫਿਰ ਉਹ ਕਿਤੇ ਨਾ ਕਿਤੇ ਆਪਣੀ ਹਉਮੈ ਨੂੰ ਪੱਠੇ ਪਾਉਣ ਦੇ ਲਈ ਫਿਰ ਵੱਡੇ ਦਾਨੀ ਦੇ ਤੌਰ 'ਤੇ ਵਿਚਰਦੇ ਨੇ, ਅਤੇ ਫਿਰ ਜਿਹੜੇ ਵੱਡੇ ਦਾਨੀ ਨੇ ਜਿਹੜਾ 100 ਰੁਪਏ ਮੱਥਾ ਟੇਕਦਾ ਅਤੇ ਪਤਾਸਾ ਅਤੇ ਸਰੋਪਾ ਉਹਨੂੰ ਵੀ ਮਿਲਦਾ, ਮਹਾਤੜ ਨੂੰ ਮਿਲ ਜੂ, ਜਿਹੜਾ ਦਿਹਾੜੀ ਲਾ ਕੇ 100 ਰੁਪਏ ਕਿੱਥੋਂ ਦੇ ਲੇਗਾ ਉਹ? ਹੌਸਲਾ ਹੀ ਨਹੀਂ ਪੈਂਦਾ। ਸੋ ਇਸ ਕਰਕੇ ਅਸੀਂ ਵੀ ਇੱਕ ਦੌੜ 'ਚ ਲੱਗੇ ਹੋਏ ਹਾਂ, ਉਹ ਦੌੜ ਧਰਮ ਦੀ ਨਹੀਂ ਹੈ ਮੇਰੇ ਖਿਆਲ 'ਚ,
ਉਹ ਦੌੜ ਉਹ ਹੈ ਕਿ ਫਲਸਫੇ ਨੂੰ ਅਸੀਂ ਲਾਗੂ ਕਿੰਨਾ ਕੀਤਾ, ਜਿਹੜੇ ਇਮਾਨਦਾਰ ਬੰਦੇ ਨੇ, ਜਿਹੜੇ ਕਿਰਤੀ ਬੰਦੇ ਨੇ, ਉਹਨਾਂ ਨੂੰ ਅਸੀਂ ਕਿੰਨਾ ਕੁ ਸਤਿਕਾਰ ਦਿੰਦੇ ਹਾਂ। ਅੱਜ ਜਿਹੜਾ ਭਾਈਚਾਰਾ ਜਮਾਂਦਾਰ ਹੈ, ਸਫਾਈ ਕਰਦਾ, ਉਹਨਾਂ ਨੂੰ ਅਸੀਂ ਕਿੰਨਾ ਕੁ ਸਤਿਕਾਰ ਦਿੰਦੇ ਹਾਂ। ਇੱਕ ਆਮ ਕਿਰਤੀ ਕਿਸਾਨ ਹੈ ਜਿਹੜਾ ਸਾਨੂੰ ਅੰਨ ਪੈਦਾ ਕਰਕੇ ਦਿੰਦਾ, ਉਹਨੂੰ ਅਸੀਂ 14 ਦਿਨ ਹੋ ਗਏ ਨੇ ਝੋਨਾ ਸਾਡਾ ਮੰਡੀਆਂ 'ਚ ਨਹੀਂ ਵਿਕ ਰਿਹਾ, ਅਸੀਂ ਕਹਿੰਦੇ ਹਾਂ ਆਹ 550 ਸਾਲਾਂ 'ਤੇ ਆਹ ਕਰ ਦੇਣਾ, ਕਪਤਾਨ ਸਾਹਿਬ ਕਹਿੰਦੇ ਆਹ ਕਰ ਦੇਣਾ, ਉੱਥੇ ਇਹ ਨੇ ਜੀ, ਉੱਥੇ ਦਰਸ਼ਨ ਹੋ ਰਹੇ ਨੇ ਕਰਤਾਰਪੁਰ ਸਾਹਿਬ ਦੇ। ਪਰ ਜਿਹੜਾ ਗੁਰੂ ਨਾਨਕ ਨਾਮ ਲੇਵਾ ਸੰਗਤ ਜਿਹੜੀ ਰੁਲ ਰਹੀ ਹੈ, ਉਹਦਾ ਨਾਮ ਲੈਂਦੇ ਹੋਏ ਜਿਹੜੀ ਕਿਰਤ ਕਮਾਈ ਕਰ ਰਹੀ ਹੈ, ਉਹਨਾਂ ਕਿਸਾਨਾਂ ਦੀ ਕਦੇ ਸਾਰ ਲਈ ਹੈ? ਦੂਰਬੀਨ ਨਾਲ ਤੁਸੀਂ ਕਰਤਾਰ ਸਾਹਿਬ ਦੇ ਦਰਸ਼ਨ ਕਰਕੇ ਫੋਟੋ ਲਾ ਲੈਂਦੇ, ਅਖਬਾਰ 'ਚ ਲੱਗ ਜਾਂਦੀ ਹੈ, ਕਦੇ ਬੀਬੀ ਹਰਸਿਮਰਤ ਦੀ, ਕਦੇ ਕੈਪਟਨ ਸਾਹਿਬ ਦੀ, ਦੇਖੋ ਜੀ ਕਰਤਾਰਪੁਰ ਸਾਹਿਬ ਨੂੰ ਮੱਥਾ ਟੇਕ ਰਹੇ ਨੇ। ਪਰ ਜਿਹੜੇ ਕਰਤਾਰਪੁਰ ਸਾਹਿਬ ਦੇ ਉਸ ਫਲਸਫੇ ਦੇ ਕਿਰਤੀ ਨੇ, ਗੁਰੂ ਨਾਨਕ ਸਾਹਿਬ ਦੇ ਨਾਮ ਲੇਵਾ ਨੇ, ਜਿਹੜੇ ਉਹਨਾਂ ਦੇ ਰਾਹਾਂ 'ਤੇ ਚੱਲਦੇ ਨੇ, ਖੇਤੀ ਕਰਦੇ ਨੇ, ਉਹਨਾਂ ਨੂੰ ਕਦੇ ਦੂਰਬੀਨ ਨਾਲ ਵੇਖਣ ਦੀ ਕੋਸ਼ਿਸ਼ ਕੀਤੀ ਹੈ? ਕਪਤਾਨ ਸਾਹਿਬ, ਬਾਦਲ ਸਾਹਿਬ, ਕਦੇ ਉੱਧਰ ਨਜ਼ਰ ਆਈ ਹੈ ਕਿ ਕਿਸਾਨ ਕਿਉਂ ਮਰ ਰਹੇ ਆ? ਤੁਸੀਂ ਆਉਣੇ ਹੋ ਸਰ? ਹਾਂਜੀ, ਸਵਾਗਤ ਬਾਈ ਜੀ। ਤੁਹਾਡੀ ਗੱਲ ਨੂੰ ਮੈਂ ਹੈਲੋ। ਹਾਂਜੀ ਹਾਂਜੀ, ਸਵਾਗਤ ਬਾਈ ਜੀ, ਸਤਿ ਸ਼੍ਰੀ ਅਕਾਲ। ਹਾਂ ਹਾਂ, ਪ੍ਰਵੰਤ ਸਿੰਘ ਬੋਲਦਾ ਜੀ। ਹਾਂਜੀ, ਵਰਜੀਨੀਆ ਸਾਹਿਬ ਸਵਾਗਤ ਹੈ। ਹਾਂ ਨਹੀਂ, ਅੱਜ ਕੱਲ੍ਹ ਗੁਰਦਾਸਪੁਰ ਜੀ। ਅੱਛਾ, ਆਏ ਹੋਏ ਹੋ, ਠੀਕ ਹੈ। ਹਾਂਜੀ ਹਾਂਜੀ, ਚਲੋ ਦਰਸ਼ਨ ਮਿਲੇ ਹੋਏ ਕਰਿਓ, ਮਿਲਣਾ ਆਇਓ। ਜੀ ਜੀ, ਉਹ ਜਿਸ ਤਰ੍ਹਾਂ ਜੀ, ਤੇ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਡਿਵੈਲਪਮੈਂਟ ਕਾਹਦੀ ਹੋ ਰਹੀ ਆ, ਡਿਵੈਲਪਮੈਂਟ ਇਹਨਾਂ ਕੀ ਕਰਨੀ ਆ, ਆਪਾਂ ਜੇ ਅਕਾਲੀ ਸਰਕਾਰ ਵੇਲੇ ਵੇਖੀਏ ਤਾਂ ਹੁਣ ਵੇਖੀਏ ਇਹਨਾਂ ਕਿੰਨੇ ਕੁ ਹੈਲਥ ਅਦਾਰੇ ਜਿਹੜੇ ਨੇ ਡਿਵੈਲਪ ਕੀਤੇ ਨੇ, ਕੀ ਇਹਨਾਂ ਡਾਕਟਰ ਭਰਤੀ ਕੀਤੇ ਨੇ, ਕੀ ਮਰੀਜ਼ਾਂ ਦੀਆਂ ਲਾਈਨਾਂ ਘਟੀਆਂ ਨੇ। ਜੇ ਬੰਦੇ ਐਜੂਕੇਸ਼ਨ ਵੱਲ ਨੂੰ ਜੇ ਵਧੀਏ ਤੇ ਇਹਨਾਂ ਨੇ ਉਸ ਬੰਦੇ ਦੀ ਸੋਚਣਾ, ਜਿਸ ਤਰ੍ਹਾਂ ਇਹਨਾਂ ਨੇ ਪ੍ਰਾਈਵੇਟ ਸਕੂਲ ਜਿਹੜੇ ਨੇ ਡਿਵੈਲਪ ਹੋਣ ਦਿੱਤੇ ਨੇ ਤੇ ਕਰਵਾਏ ਨੇ, ਸਰਕਾਰੀ ਸਕੂਲਾਂ ਦਾ ਭੱਡਾ ਪਾਇਆ ਤਾਂ ਕਿ ਲੋਕ ਐਜੂਕੇਟ ਨਾ ਹੋ ਸਕਣ, ਉਹ ਇਹ ਨਾ ਆਪਣੇ ਭਵਿੱਖ ਬਾਰੇ ਸੋਚ ਸਕਣ ਕਿ ਇਹ ਸਰਕਾਰਾਂ ਕੀ ਕਰਦੀਆਂ ਨੇ, ਸਾਨੂੰ ਕੀ ਕਰਨ ਦੀ ਲੋੜ ਆ। ਅਜਿਹਾ ਇਹਨਾਂ ਸਰਕਾਰਾਂ ਕੋਲੋਂ ਕੋਈ ਉਮੀਦ ਨਹੀਂ ਕੀਤੀ ਜਾ ਸਕਦੀ, ਉਹ ਪਹਿਲੀ ਹੋਵੇ, ਅੱਜ ਵਾਲੀ ਹੋਵੇ। ਬੇਅਦਬੀਆਂ ਦੀਆਂ ਤੁਸਾਂ ਗੱਲਾਂ ਕੀਤੀਆਂ ਨੇ, ਅਕਾਲੀ ਸਰਕਾਰ ਵੇਲੇ ਹੋਈਆਂ, ਹੁਣ ਹੋ ਰਹੀਆਂ ਨੇ। ਵੇਖੋ, ਇਹਨਾਂ ਦੀ ਮਿਲੀ ਭੁਗਤ ਦਾ ਸਿੱਟਾ ਅੱਜ ਤੱਕ ਲੋਕਾਂ ਨੂੰ ਸੜਕਾਂ ਤੇ ਉਤਰਨਾ ਪੈ ਰਿਹਾ ਵਾ, ਪਰ ਉਹਦੇ ਤੇ ਕੋਈ ਅਮਲ ਨਹੀਂ। ਹੁਣ ਜੇ ਮੈਂ ਗੱਲ ਕਰਾਂ ਇੱਧਰ ਦੀ, ਆਹ ਜਿਹੜੀ ਕਾਰੀਡੋਰ ਬਣ ਰਹੀ ਆ ਗੁਰਦਾਸਪੁਰ ਤੋਂ ਡੇਰਾ ਬਾਬਾ ਨਾਨਕ 40 ਕਿਲੋਮੀਟਰ ਆ, ਇਹਦੇ ਵਿੱਚ ਕੋਈ ਮੇਰੇ ਹਿਸਾਬ ਨਾਲ 50 ਤੋਂ ਵੱਧ ਪੁਲੀਆਂ ਜਿਹੜੀਆਂ ਨੇ ਉਹ ਇਹਨਾਂ ਨੇ ਪੁੱਟੀਆਂ ਨੇ, ਸੜਕ ਸਾਰੀ ਪੁੱਟ ਛੜੀ ਆ, ਕਿਤੇ ਕਿਤੇ JCB ਚੱਲ ਰਹੀ ਆ, ਲਾਂਬੇ ਕਿਤੇ 4 ਫੁੱਟ ਤੇ ਕਿਤੇ 3 ਫੁੱਟ ਤੋਂ ਘੱਟ ਕੋਈ ਖੱਡੀ ਨੀਗੀ ਜਿਹਦੇ ਕੰਢੇ ਤੇ ਕੋਈ ਰੋਕ ਹੋਵੇ, ਐਕਸੀਡੈਂਟ ਹੋ ਰਹੇ ਨੇ, ਇੱਧਰ ਕੋਈ ਧਿਆਨ ਨਹੀਂ, ਸਾਰੇ ਜ਼ਿਲ੍ਹੇ ਦੇ ਦਫ਼ਤਰ ਖਾਲੀ ਪਏ ਨੇ। ਕੋਈ ਪਟਵਾਰੀ ਗਰਦੌਰ ਤੁਹਾਨੂੰ ਦਫ਼ਤਰਾਂ 'ਚ ਨਹੀਂ ਮਿਲ ਰਿਹਾ, ਤਹਿਸੀਲਦਾਰ ਨਹੀਂ ਮਿਲ ਰਿਹਾ, DC ਦਫ਼ਤਰ ਨਹੀਂ ਬਹਿ ਰਹੇ, ਕੰਮ ਰੁਕੇ ਨੇ ਤੇ ਕਾਰੀਡੋਰ ਦੇ ਦੁਆਲੇ ਇਹ ਹੋਏ ਨੇ। ਤੁਹਾਡੀ ਗੱਲ ਨੂੰ ਮੈਂ ਗਾੜੀ ਦੇਣਾ, ਲੋਕ ਲੈਣਾ ਲਾ ਕੇ ਖੜੇ ਨੇ ਦਫ਼ਤਰਾਂ ਵਿੱਚ, ਪਰ ਪਤਾ ਨਹੀਂ ਉੱਥੇ ਜਾ ਕੇ ਰੋਜ਼ ਕੀ ਕਰਦੇ ਨੇ, ਸੜਕ ਦੇ ਕਿਤੇ 10 ਮੁਲਾਜ਼ਮ ਇੱਥੇ ਖਲੋਤੇ ਨੇ, ਉੱਥੇ ਖਲੋਤੇ ਨੇ, ਕੰਮ ਚੱਲ ਰਿਹਾ ਵਾ। ਇਹਦੇ ਵਿੱਚ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ, ਪਰ ਸੋਨੇ ਦੀਆਂ ਪਾਲਕੀਆਂ ਚੜਾ ਦਈਏ, ਦਰਵਾਜ਼ੇ ਲਾ ਦਈਏ, ਟਕਾਠਾਂ ਲਾ ਦਈਏ, ਜੇ ਆਊਟਪੁੱਟ ਵੇਖੀਏ। ਜੀ ਜੀ, ਪਲੀਜ਼ ਆਪਾਂ ਬ੍ਰੇਕ ਤੇ ਜਾਣਾ ਜੀ, ਥੈਂਕ ਯੂ।
ਵਰਜੀਨੀਆ ਸਾਹਿਬ ਬੜੀ ਡਿਟੇਲ 'ਚ ਤੁਸੀਂ ਗੱਲ ਦੱਸੀ ਹੈ ਅਤੇ ਬ੍ਰੇਕ ਤੋਂ ਬਾਅਦ ਜੁੜਨਾ ਜਾਂ ਦੱਸਣਾ ਜ਼ਮੀਨੀ ਹਕੀਕਤ ਹੈ। ਕਈਆਂ ਨੂੰ ਲੱਗਦਾ ਹੋਗਾ ਕਿ ਮੈਂ ਜੀ ਕਾਮਰੇਡ ਹਾਂ, ਮੈਂ ਜੀ ਨਾਸਤਿਕ ਹੈ, ਮੈਂ ਜੀ ਸਿੱਖ ਧਰਮ ਹਿੰਦੂ ਧਰਮ ਦੇ ਵਿਰੋਧੀ ਹਾਂ। ਵੀਰ ਮੇਰੇ ਉਹ ਜ਼ਮੀਨੀ ਹਕੀਕਤਾਂ ਇਹ ਨੇ। ਕਪਤਾਨ ਸਾਹਿਬ ਹੁਣ ਜੇ ਚੰਡੀਗੜ੍ਹ ਛੱਡ ਕੇ ਇੱਕ ਜਿਹੜੀ ਕੈਬਨਿਟ ਦੀ ਮੀਟਿੰਗ ਡੇਰਾ ਬਾਬਾ ਨਾਨਕ ਕਰਦਾ, ਕੀ ਲੌਜਿਕ ਹੈ ਉੱਥੇ? ਮਤਲਬ ਟੋਇਲਟਾਂ ਕੀ, ਤਾਮ ਝਾਮ ਕੀ, ਕੈਪਟਨ ਸਾਹਿਬ ਦੇ ਹੱਥ ਧੋਣ ਵਾਲੇ ਵਾਸ਼ਵੇਸ਼ਨ ਕੀ, ਸਾਰਾ ਕੁਛ ਉੱਥੇ ਲਾਇਆ ਪਿਆ, ਕਿਉਂ ਟਾਈਮ ਵੇਸਟ ਕਰਦੇ ਹੋ? ਤੁਸੀਂ ਜਿਹੜੀ ਮੀਟਿੰਗ ਕਰਨੀ ਭਾਵੇਂ ਚੰਡੀਗੜ੍ਹ ਕਰੋ, ਕੰਮ ਕਰੋ। ਜੇ ਡੇਰਾ ਬਾਬਾ ਨਾਨਕ ਮੀਟਿੰਗ ਕਰ ਲਈ, ਤੁਸੀਂ ਵੱਡੇ ਸਿੱਖ ਹੋ ਗਏ? ਅਸੀਂ ਇਸੇ ਗੱਲ ਨੂੰ ਤਵੱਜੋ ਦਿੰਦੇ ਹਾਂ। ਹੁਣ ਬਾਈ ਜੀ ਨੇ ਦੱਸਿਆ ਕਿ ਕੋਈ ਕੰਮ ਨਹੀਂ ਹੋ ਰਿਹਾ, ਸਾਰਿਆਂ ਦਾ ਜ਼ੋਰ ਕਰਤਾਰਪੁਰ ਕੋਰੀਡੋਰ, ਕਰਤਾਰਪੁਰ ਕੋਰੀਡੋਰ, ਕੀ ਖੱਟ ਲਓਗੇ ਉਹਦੇ 'ਚੋਂ? ਪਹਿਲਾਂ ਇੰਨੇ ਗੁਰੂ ਘਰ ਨੇ ਕੀ ਸਿੱਖਿਆ ਲੈ ਲਈ ਹੈ? ਠੀਕ ਹੈ, ਲਾਂਘਾ ਖੋਲ੍ਹਣਾ ਚਾਹੀਦਾ, ਪਰ ਜਿਹੜਾ ਵਿਅਕਤੀ ਅੱਜ ਰੁਲ ਰਿਹਾ, ਆਹ ਮੈਰਿਜ ਸਰਟੀਫਿਕੇਟ ਨੇ ਲੱਖ ਲੱਖ ਰੁਪਈਆ ਲੁੱਟਿਆ ਜਾ ਰਿਹਾ ਉਹਨਾਂ ਦਾ। ਕੋਈ ਜਿੰਨੀ ਦੇਰ ਆ ਕਰਤਾਰਪੁਰ ਕੋਰੀਡੋਰ ਦਾ ਸਮਾਗਮ ਨਿਪਰੇ ਨਹੀਂ ਚੜ੍ਹਦੇ, ਨਵੰਬਰ ਤੱਕ ਵਿਆਹ ਨਹੀਂ ਰਜਿਸਟਰਡ ਹੋ ਰਹੇ ਲੋਕਾਂ ਦੇ, ਪਟਵਾਰੀ ਗੁਰਦੁਆਰ ਕੋਈ ਮਿਲਦਾ ਕੋਈ ਨਹੀਂ, ਸਾਰੇ ਜੀ ਅਸੀਂ ਉੱਥੇ ਬਿਜੀ ਹਾਂ, ਕੋਈ ਆਪਣਾ ਸਹੁਰੇ ਤੁਰਿਆ ਫਿਰਦਾ, ਕੋਈ ਪੇਕੇ ਤੁਰਿਆ ਫਿਰਦਾ, ਲਾ ਕੇ ਬਹਾਨਾ। ਸੜਕ ਦੇ ਹਾਲਾਤ ਦੱਸ ਹੀ ਦਿੱਤੇ ਵਰਜੀਨੀਆ ਸਾਹਿਬ ਨੇ। ਸੋ ਇਸ ਕਰਕੇ ਜ਼ਮੀਨੀ ਹਕੀਕਤਾਂ ਨੂੰ ਵੇਖੋ ਕਿ ਧਰਮ ਦੇ ਨਾਂ 'ਤੇ ਸਾਨੂੰ ਇਹ ਲੱਕੜ ਦਾ ਮੁੰਡਾ ਦੇ ਰਹੇ ਨੇ ਲੋਕ। ਉੱਧਰ ਮੋਦੀ ਦੇ ਰਿਹਾ ਕਿ ਹਮ ਰਾਮ ਰਾਜ ਲਿਆਏਂਗੇ, ਸ਼੍ਰੀ ਰਾਮ ਦੀ ਮੂਰਤੀ ਲਾਏਂਗੇ, ਭਾਈ ਉਹਦੇ ਨਾਲ ਕੀ ਹੋ ਜਾਣਾ? 5000 ਬੱਚਾ ਤਾਂ ਰੋਜ਼ ਮਰ ਰਿਹਾ ਇੱਥੇ, 3500 ਹਿੰਦੂਆਂ ਦਾ ਵੀ ਹੋਣਾ, ਦੂਸਰਿਆਂ ਨੂੰ ਤਾਂ ਤੁਸੀਂ ਛੱਡ ਦਿਓ, ਉਹ ਤਾਂ ਤੁਹਾਡੇ ਲਈ ਹਰਾਮਜ਼ਾਦੇ ਨੇ। ਰਾਮਜ਼ਾਦਿਆਂ ਦਾ ਹੀ 3500 ਬੱਚਾ ਮਰ ਰਿਹਾ, ਉਹ ਕੰਮ ਕਰਨ ਦੀ ਜ਼ਰੂਰਤ ਹੈ। ਪਰ ਮੋਦੀ ਸਾਹਿਬ ਨੂੰ ਵੀ ਚੀਜ਼ ਰਾਸ ਆ ਰਹੀ ਹੈ, ਬਾਦਲ ਕੈਪਟਨ ਨੂੰ ਵੀ ਇਹ ਚੀਜ਼ਾਂ ਰਾਸ ਆ ਰਹੀਆਂ ਨੇ, ਧਰਮ ਦੇ ਨਾਂ 'ਤੇ ਲੱਕੜ ਦਾ ਮੁੰਡਾ ਬੈਠੇ ਕਢਾਈ ਜਾਓ। ਸੋ ਇੱਕ ਵਕਫਾ ਲੈਂਦੇ ਹਾਂ, ਵਕਫੇ ਤੋਂ ਬਾਅਦ ਫਿਰ ਆਪਦਾ ਸਵਾਗਤ ਰਹੇਗਾ ਕਿ ਬਰਗਾੜੀ ਵਰਗੀਆਂ ਮੰਦਭਾਗੀਆਂ ਘਟਨਾਵਾਂ ਪਿੱਛੇ ਕਿਹੜੇ ਦਿਮਾਗ ਕੰਮ ਕਰਦੇ ਨੇ ਅਤੇ ਲੋਕਾਂ ਨੂੰ ਇਹਦੇ 'ਤੇ ਕੀ ਕਰਨਾ ਚਾਹੀਦਾ ਇਸ ਵਕਫੇ ਤੋਂ ਬਾਅਦ। ਹੈਲੋ, ਗਲੋਬਲ ਪੰਜਾਬ ਪ੍ਰੋਗਰਾਮ ਦੇ ਦਾਨਿਸ਼ਮੰਦ ਦਰਸ਼ਕਾਂ ਦਾ ਇਸ ਵਕਫੇ ਤੋਂ ਬਾਅਦ ਪਰਮਿੰਦਰ ਸਿੰਘ ਟਿਵਾਣਾ ਵੱਲੋਂ ਸਵਾਗਤ ਹੈ। ਗਲੋਬਲ ਪੰਜਾਬ ਟੈਲੀਵਿਜ਼ਨ ਦੇ ਪ੍ਰੋਗਰਾਮ ਦੇਖਣ ਦੇ ਵਾਸਤੇ ਤੁਸੀਂ ਗਲੋਬਲ ਪੰਜਾਬ ਦੀ ਐਪ ਐਂਡਰਾਇਡ ਰੋਕੋ ਐਪ ਤੋਂ ਫ੍ਰੀ ਡਾਊਨਲੋਡ ਕਰੋ। ਕੈਨੇਡਾ ਭਰ ਦੇ ਵਿੱਚ ਚੈਨਲ ਪੰਜਾਬੀ ਨੂੰ ਵੇਖਣ ਦੇ ਵਾਸਤੇ ਤੁਸੀਂ ਰੋਜ਼ਰ, ਬੈਲ ਸ਼ਾਹ ਅਤੇ ਟੈਲਸ ਕੇਬਲ ਨੈਟਵਰਕ ਦੀਆਂ ਸੇਵਾਵਾਂ ਲੈ ਸਕਦੇ ਹੋ। ਇਸ ਪ੍ਰੋਗਰਾਮ ਦਾ ਰਿਪੀਟ ਵੀ ਤੁਸੀਂ ਸਾਡੇ ਇਸੇ ਚੈਨਲ ਪੰਜਾਬੀ ਦੇ ਨਾਂ 'ਤੇ ਬਣੇ ਯੂਟਿਊਬ ਪੇਜ 'ਤੇ ਵੇਖ ਸਕਦੇ ਹੋ। ਇਹ ਪ੍ਰੋਗਰਾਮ ਮੰਗਲਵਾਰ ਤੋਂ ਸ਼ਨੀਵਾਰ ਲਗਾਤਾਰ 5 ਦਿਨ ਇੰਡੀਅਨ ਟਾਈਮ ਦੇ ਮੁਤਾਬਕ ਸਵੇਰੇ 6 ਵਜੇ ਤੋਂ ਲੈ ਕੇ 7 ਵਜੇ ਤੱਕ ਔਨਅਰ ਹੁੰਦਾ ਹੈ। ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਨ ਵਾਸਤੇ ਪਟਿਆਲਾ ਸਟੂਡੀਓ ਦਾ ਗਲੋਬਲ ਪੰਜਾਬ ਟੈਲੀਵਿਜ਼ਨ ਦਾ ਹੈੱਡ ਆਫਿਸ ਦਾ ਨੰਬਰ ਹੈ 0175-5156। ਅਮੈਰੀਕਾ ਦਾ ਆਪਣਾ ਨੰਬਰ ਹੈ 201-301-2785। ਅੱਜ ਦੀ ਆਪਣੀ ਗੱਲਬਾਤ ਵਿਚਾਰ ਚਰਚਾ ਦਾ ਵਿਸ਼ਾ ਹੈ ਕਿ ਕੋਟਕਪੂਰਾ ਬਹਿਬਲ ਕਲਾਂ ਗੋਲੀਕਾਂਡ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਨੂੰ 4 ਸਾਲ ਵਾਪਰ ਗਏ ਨੇ ਅਤੇ ਇਸ ਇਨਸਾਫ ਦੇ ਵਾਸਤੇ ਕੱਲ੍ਹ ਵੀ ਪੰਥਕ ਧਿਰਾਂ ਇੱਕਜੁੱਟ ਹੋਈਆਂ। ਹਾਲਾਂਕਿ ਸੁਖਬੀਰ ਬਾਦਲ ਕੋਲੋਂ ਇਸ ਬਾਰੇ ਜਦੋਂ ਕਮੈਂਟ ਲਿਆ ਗਿਆ, ਉਹਨਾਂ ਨੇ ਆਖਿਆ ਨੋ ਥੈਂਕਸ, ਮੈਂ ਕੁਛ ਨਹੀਂ ਕਹਿਣਾ ਚਾਹੁੰਦਾ ਇਸ ਮਾਮਲੇ 'ਤੇ। ਅਤੇ ਇਸ ਦੌਰਾਨ ਜਿਹੜਾ ਹੈਗਾ ਏਕਤਾ ਪਾਠ ਕੀਤਾ ਗਿਆ, ਪਰ ਜਿਹੜੀਆਂ ਸਾਰੀਆਂ ਧਿਰਾਂ ਨੇ ਉਹ ਅੱਡੋ ਅੱਡ ਦਿਸੀਆਂ ਅਤੇ ਆਪਣੇ ਆਪਣੀ ਸਾਰਿਆਂ ਦੀ ਰਾਇ ਸੀ। ਇਸ ਮਸਲੇ 'ਤੇ ਤੁਹਾਨੂੰ ਯਾਦ ਹੋਣਾ ਕਿ ਮਾਝੇ ਦੇ ਵਿੱਚ ਚੱਬਾ ਵਿਖੇ ਵੱਡਾ ਸਰਬੱਤ ਖਾਲਸਾ ਹੋਇਆ, ਲੱਖਾਂ ਦੀ ਤਾਦਾਦ ਦੇ ਵਿੱਚ ਸੰਗਤ ਆਪ ਮੁਹਾਰੇ ਇਕੱਤਰ ਹੋਈ ਅਤੇ ਹਿੰਦੂ ਸਿੱਖ ਸਭ ਧਰਮਾਂ ਦੇ ਲੋਕ ਇਸ ਦੇ ਵਿੱਚ ਸ਼ਾਮਿਲ ਹੋਏ ਕਿ ਇਸ ਦੇ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਉਸ ਦੌਰਾਨ ਜਥੇਦਾਰਾਂ ਦੀ ਨਿਯੁਕਤੀ ਹੋਈ ਅਤੇ ਉਸ ਦੇ ਵਿੱਚੋਂ ਨਿਕਲਿਆ ਕਿ ਉਹੀ ਢਾਕ ਦੇ 3 ਪਤ ਜਥੇਦਾਰ ਆਪਸ ਦੇ ਵਿੱਚ ਫਟ ਗਏ, ਰਿਜ਼ਾਈਨ ਕਰ ਗਏ ਅਮਰੀਕ ਸਿੰਘ ਜਨਾਲਾ ਹੋਰੀ, ਅਤੇ ਇਹ ਧਿਰਾਂ ਵੀ ਇੱਕਜੁੱਟ ਨਹੀਂ ਰਹਿ ਸਕੀਆਂ। ਇਸ ਤਰ੍ਹਾਂ ਸਿਆਸੀ ਮਾਇਲਜ ਇਹਨਾਂ ਧਿਰਾਂ ਦਾ ਵੀ ਹੈ। ਇਸ ਦੇ ਵਿੱਚ ਇੱਕ ਵੱਡੀ ਧਿਰ ਹੈ ਜਿਹਦਾ ਮੈਂ ਨਾਂ ਨਾ ਲਵਾਂ,
ਪਹਿਲਾਂ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਸਪੋਰਟ ਕੀਤੀ ਸੀ। ਜਦੋਂ ਇਸ ਕਾਂਡ ਤੋਂ ਬਾਅਦ 2017 'ਚ ਇਲੈਕਸ਼ਨ ਤੋਂ ਪਹਿਲਾਂ ਮੈਂ ਉਹਨਾਂ ਨੂੰ ਪੁੱਛਿਆ, ਉਸ ਧਿਰ ਦੇ ਆਗੂ ਨੂੰ, ਗਰਮ ਖਿਆਲੀ ਆਗੂ ਹੈ, ਮੈਂ ਕਿਹਾ ਵੀ ਇਸ ਵਾਰੀ ਕਿਹਨੂੰ ਸਪੋਰਟ ਕਰੋਗੇ? ਕਹਿੰਦੇ ਇਸ ਵਾਰੀ ਤਾਂ ਸਰਕਾਰ ਸਾਨੂੰ ਆਪਣੀ ਬਣਦੀ ਦਿਸਦੀ ਹੈ, ਪਰ ਉਹ ਨਾ 3 'ਚ ਨੇ ਨਾ 13 'ਚ ਨੇ। ਸੋ ਇਹ ਗੱਲਾਂ ਔਨ ਦੀ ਰਿਕਾਰਡ ਨੇ, ਭਾਵੇਂ ਉਹ ਜ਼ਿਕਰ ਨਹੀਂ ਕੀਤਾ ਜਾ ਸਕਦਾ, ਚਲੋ ਕੋਈ ਐਥਿਕਸ ਹੁੰਦੇ ਨੇ ਹਰ ਚੀਜ਼ ਦੇ, ਪਰ ਸਿਆਸੀ ਧਿਰਾਂ ਇਸ ਮਾਮਲੇ 'ਚ ਵੀ ਨੇ ਜਿਹੜੀਆਂ, ਧਾਰਮਿਕ ਧਿਰਾਂ, ਸਿਆਸੀ ਮਾਇਲੇਜ ਉਹਨਾਂ ਦਾ ਵੀ ਹੈ ਕਿ ਕਿਵੇਂ ਸਿਆਸਤ 'ਤੇ ਜਾਂ SGPC 'ਤੇ ਕਬਜ਼ਾ ਕਰਨਾ। ਸੋ ਇਸ ਮਾਮਲੇ 'ਚ ਤੁਹਾਡਾ ਕੀ ਸੋਚਣਾ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਮੰਦਭਾਗੀਆਂ ਘਟਨਾਵਾਂ ਘਟਦੀਆਂ ਨੇ ਉਹਨਾਂ ਦੇ ਪਿੱਛੇ ਕਾਰਨ ਕੀ ਹੁੰਦੇ ਨੇ, ਅਤੇ ਆਵਾਮ ਨੂੰ ਉਸ ਮਾਮਲੇ 'ਚ ਕੀ ਕਰਨਾ ਚਾਹੀਦਾ, ਉਸ ਬਾਰੇ ਆਪਣੇ ਵਿਚਾਰਾਂ ਦਾ ਸਵਾਗਤ ਹੈ। ਤੁਸੀਂ ਆਨਰ ਹੋ ਸਰ? ਹੈਲੋ, ਹਾਂਜੀ ਸਵਾਗਤ ਜੀ। ਸਤਿ ਸ਼੍ਰੀ ਅਕਾਲ ਟਵਾਣਾ ਸਾਹਿਬ। ਸਤਿ ਸ਼੍ਰੀ ਅਕਾਲ ਬਾਈ ਜੀ, ਟਵਾਣਾ ਸਾਹਿਬ ਬ੍ਰੈਂਪਟਨ ਤੋਂ ਬੋਲਦਾ ਜੀ, ਟੋਰਾਂਟੋ ਤੋਂ। ਹਾਂਜੀ ਹਾਂਜੀ, ਕੀ ਕਹਿਣਾ ਚਾਹੁੰਦੇ ਹੋ? ਟਵਾਣਾ ਸਾਹਿਬ ਮੈਂ ਕਹਿਣਾ ਚਾਹੁੰਦਾ, ਤੁਸੀਂ ਗੱਲ ਕਰਕੇ ਗਏ ਨਾ ਵੀ ਸਮੋਕ ਡਿਟੈਕਟਰ ਚਾਹੀਦੇ ਜਿੱਦਾਂ ਇੱਥੇ ਘਰਾਂ ਦੇ ਵਿੱਚ ਲੱਗੇ ਆ ਜਾਂ ਆਮ ਲੱਗੇ ਆ ਜਿੱਥੇ ਵੀ ਕਿਤੇ ਕਹਿ ਲਓ, ਠੀਕ ਹੈ ਜੀ। ਹਾਂਜੀ 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 ਹਾਂਜੀ, ਆਵਾਜ਼ ਘੱਟ ਹੁੰਦੀ ਟਵਾਣਾ ਸਾਹਿਬ। ਮੈਂ ਕਹਿਣਾ ਚਾਹੁੰਦਾ ਸੀ ਵੀ ਤੁਸੀਂ ਮੈਨੂੰ ਇੱਕ ਫਸਟ ਮੇਰੀ ਇਹ ਹੈ ਵੀ ਮੈਨੂੰ ਇਸ ਗੱਲ ਦਾ ਜਵਾਬ ਦੇਣਾ ਵੀ ਕੀ ਅੱਜ ਧਰਮ ਜ਼ਰੂਰੀ ਆ, ਧਰਮ ਦਾ ਹੋਣਾ ਜ਼ਰੂਰੀ ਆ। ਜਿੱਦਾਂ ਇਹਨਾਂ ਮੁਲਕਾਂ ਦੇ ਵਿੱਚ ਕਹੀਏ ਤਾਂ ਬਾਬੇ ਨਾਨਕ ਵਾਲੀ ਗੱਲ, ਜਿੱਦਾਂ ਆਪਾਂ ਕਹਿੰਦੇ ਉਹਦੀ ਬਾਣੀ 'ਚ ਲਿਖਿਆ ਵੀ ਜਿੱਦਾਂ ਪਾਣੀ ਧਰਤੀ 'ਤੇ ਜੋ ਵੀ ਹੈਗਾ ਉਹਨੂੰ ਜੇ ਮੈਂ ਉਸ ਲਹਿਜੇ 'ਚ ਕਹਾਂ ਤਾਂ ਮਤਲਬ ਮੈਂ ਨਹੀਂ ਚਾਹੁੰਦਾ ਵੀ ਮੈਂ ਸਿੱਧੀ ਪੰਜਾਬੀ ਦੇ ਵਿੱਚ ਗੱਲ ਕਰਦਾ ਵੀ ਮਤਲਬ ਉਹ ਤਿੰਨੇ ਚੀਜ਼ਾਂ ਨੂੰ ਇਹ ਬਹੁਤ ਟੇਕ ਕੇਅਰ ਕਰਦੇ ਆ। ਅਤੇ ਦੂਜੀ ਚੀਜ਼ ਇਹ ਆ ਵੀ ਸਮੋਕ ਡਿਟੈਕਟਰ ਦੇ ਨਾਲ ਰਿਲੇਟਡ ਮੇਰੀ ਗੱਲ ਇਹ ਆ ਵੀ ਜਿੱਦਾਂ ਆਪਾਂ ਕਹਿ ਰਹੇ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਗਈ ਆ ਉੱਥੇ ਬਰਗਾੜੀ ਕਾਂਡ ਦੇ ਵਿੱਚ, ਵਟ ਐਵਰ ਕਿਸੇ ਵੀ ਜਗ੍ਹਾ ਦੇ ਵਿੱਚ, ਕਿੰਨੀ ਵਾਰੀ ਵੀ ਮਰਜ਼ੀ ਦੀ ਗੱਲ ਆ, ਜੇ ਅੱਜ ਇਹ ਸੋਚਣ ਟਵਾਣਾ ਸਾਹਿਬ ਤੇ ਕੀ ਅੱਜ ਫੋਨ ਆ ਚੁੱਕੇ ਆ, ਸਾਰਾ ਕੁਛ ਆ ਚੁੱਕਾ ਆ, ਕੀ ਉੱਥੇ ਲੈਪਟਾਪ ਰੱਖ ਕੇ ਉਹਦੇ 'ਚ ਨਹੀਂ ਪੜਿਆ ਜਾ ਸਕਦਾ, ਸਾਰਾ ਕੁਛ ਹੋ ਨਹੀਂ ਸਕਦਾ, ਪਰ ਉਹ ਰੱਖਣਗੇ ਨਹੀਂ ਟਵਾਣਾ ਸਾਹਿਬ, ਕਿਉਂਕਿ ਉਹਨੂੰ ਮੱਥਾ ਨਹੀਂ ਟੇਕਣਾ ਕਿਸੇ ਨੇ, ਨਾ ਫੋਨ ਨੂੰ ਤੇ ਨਾ ਉਹਨੂੰ ਲੈਪਟਾਪ ਨੂੰ। ਪ੍ਰੋਬਲਮ ਮੱਥਾ ਟੇਕਣ ਦੀ ਆ, ਉਹਦੀ ਕੋਈ ਪੜ੍ਹਨ ਦੀ ਪ੍ਰੋਬਲਮ ਨਹੀਂ ਹੈਗੀ, ਪੂਜਾ ਕਰਨ ਲਈ ਆ ਉਹ ਜਿਹੜੀ ਚੀਜ਼ ਆ। ਗੁਰੂ ਗ੍ਰੰਥ ਸਾਹਿਬ ਸਾਡੇ ਨੂੰ ਦਿੱਤਾ ਗਿਆ ਹੀ ਨਹੀਂ ਪੜ੍ਹਨ ਲਈ ਨਹੀਂ, ਬਸ ਇੰਨਾ ਹੀ ਮੈਂ ਸ਼ੋਰਟਕੱਟ ਕਹਿਣਾ ਜੋ ਤੁਸੀਂ ਕਹਿਣਾ ਚਾਹੁੰਦੇ। ਥੈਂਕ ਯੂ। ਦੇਖੋ ਜਿੱਥੋਂ ਤੱਕ ਧਰਮ ਦਾ ਤਾਲੁਕ ਹੈ ਨਾ, ਕਿ ਧਰਮ ਆਪਣੇ ਆਪ ਦੇ ਵਿੱਚ ਇੱਕ ਬਹੁਤ ਵਧੀਆ ਨਿਆਮਤ ਹੈ ਪੂਰੀ ਦੁਨੀਆ ਦੇ ਵਾਸਤੇ। ਧਰਮ ਇੱਕ ਉਹ ਸੰਵਿਧਾਨ ਆ, ਜਦੋਂ ਮੁਲਕਾਂ ਦਾ ਕੋਈ ਸੰਵਿਧਾਨ ਕੋਨਸਟੀਟਿਊਸ਼ਨ ਕੋਈ ਹੱਦਾਂ ਨਹੀਂ ਸੀ ਹੁੰਦੀਆਂ, ਤਾਂ ਇਹ ਜਿਹੜੇ ਧਾਰਮਿਕ ਮਹਾਂਪੁਰਸ਼ ਹੋਏ ਨੇ ਹੁਣ ਤੱਕ ਪੂਰੀ ਦੁਨੀਆ ਦੇ, ਜਿਨ੍ਹਾਂ ਨੇ ਧਰਮਾਂ ਦੀ ਸ਼ੁਰੂਆਤ ਕੀਤੀ ਜਾਂ ਧਰਮਾਂ ਨੂੰ ਪ੍ਰਚਾਰਿਆ, ਹਾਲਾਂਕਿ ਉਹ 'ਚ ਪੁਜਾਰੀਵਾਦ ਭਾਰੂ ਹੋ ਜਾਂਦਾ ਪਿੱਛੋਂ, ਅਸੀਂ ਪੁਜਾਰੀਵਾਦ ਦੀ ਭੇਂਟ ਚੜ ਜਾਂਦੇ ਹਾਂ। ਜਿਹੜੇ ਨੇੜਲੇ ਲੋਕ ਨੇ ਉਹ ਫਿਰ ਗੁੰਮਰਾਹ ਕਰਦੇ ਨੇ ਧਰਮ ਦੇ ਨਾਂ 'ਤੇ, ਸਾਨੂੰ ਲੁੱਟਦੇ ਨੇ ਡਰਾ ਕੇ। ਧਰਮ ਆਪਣੇ ਆਪ ਦੇ ਵਿੱਚ ਕੋਈ ਵੀ ਹੈ, ਭਾਵੇਂ ਇਸਲਾਮ ਹੈ, ਬੁੱਧਿਜ਼ਮ ਹੈ, ਹਿੰਦੂਇਜ਼ਮ ਹੈ, ਇਹ ਸਿੱਖਇਜ਼ਮ ਹੈ, ਖਾਸ ਕਰਕੇ ਸਿੱਖਇਜ਼ਮ ਕਿਉਂਕਿ ਲੇਟੈਸਟ ਆ, ਸਾਰੇ ਧਰਮਾਂ ਦਾ ਨਿਚੋੜਾ। ਇਹ ਨਹੀਂ ਵੀ ਮੇਰੇ ਧਰਮ ਨਾਲ ਸੰਬੰਧਿਤ ਹੈ ਜਾਂ ਮੈਂ ਇਸ ਧਰਮ ਨਾਲ ਸੰਬੰਧਿਤ ਹਾਂ। ਇਹਦੇ 'ਚ ਤਕਰੀਬਨ ਨਿਚੋੜ ਹੈ ਕਿ ਮਤਲਬ ਸਮਾਜ ਦੇ ਵਿੱਚ ਤੁਸੀਂ ਕਿੱਦਾਂ ਵਿਚਰਨਾ। ਵਾਤਾਵਰਣ ਦੀ ਗੱਲ ਕੀਤੀ, ਪਰਿਵਾਰਕ ਰਿਸ਼ਤਿਆਂ ਦੀ ਗੱਲ ਕੀਤੀ ਕਿ ਸਿਰਫ ਆਪਣੀ ਵਾਈਫ ਨੂੰ ਛੱਡ ਕੇ ਬਾਕੀ ਔਰਤਾਂ ਨੂੰ ਮਾਂ ਭੈਣ ਜਾਣਨਾ, ਰੁੱਖੀ ਮਿੱਸੀ ਖਾ ਕੇ ਠੰਡਾ ਪਾਣੀ ਪੀਣਾ, ਹੱਕ ਪਰਾਇਆ ਨਾਨਕਾ ਉਹ ਸੂਰਸ ਗਾਏ ਕੇ ਰਿਸ਼ਵਤ ਨਹੀਂ ਲੈਣੀ, ਕਿਸੇ ਦਾ ਹੱਕ ਨਹੀਂ ਮਾਰਨਾ, ਜਾਣੀ ਕਿ ਮਨੁੱਖ ਤੋਂ ਮਨੁੱਖ ਦੀ ਲੁੱਟ ਵੀ ਨਹੀਂ ਹੋਣ ਦੇਣੀ, ਜਿਵੇਂ ਕਾਮਰੇਡ ਕਹਿੰਦੇ ਨੇ ਕਿ ਮਨੁੱਖ ਤੋਂ ਮਨੁੱਖ ਦੀ ਲੁੱਟ ਵੀ ਨਾ ਹੋਵੇ, ਭਾਈ ਲਾਲੋਆਂ ਦੀ ਲੁੱਟ ਵੀ ਨਾ ਹੋਵੇ, ਮਲਕ ਭਾਗਾਂ ਕੋਲ ਜਿਹੜੀ ਮਾਇਆ ਉਹਦੇ ਪਿੱਛੇ ਲੁੱਟ ਹੁੰਦੀ ਹੈ, ਇਹ ਸਮਝਾਇਆ ਗਿਆ। ਸੋ ਇਸ ਮਾਮਲੇ 'ਚ ਮੈਂ ਸਮਝਦਾ ਕਿ ਧਰਮ 'ਚ ਬੁਰਾਈ ਕੋਈ ਨਹੀਂ ਹੈ, ਧਰਮ ਆਪਣੇ ਆਪ 'ਚ ਬਹੁਤ ਵਧੀਆ ਚੀਜ਼ ਹੈ, ਪਰ ਅਸੀਂ ਧਰਮ ਨੂੰ ਨਾ ਪਹਿਰਾਵੇ ਨਾਲ
ਕਿ ਪਰਮਿੰਦਰ ਜਵਾਣਾ ਤੇਰੀ ਤੇ ਦਾੜੀ ਕੱਟੀ ਹੈ, ਤੂੰ ਤਾਂ ਸਿੱਖ ਹੀ ਨਹੀਂ ਹੈਗਾ, ਤੈਨੂੰ ਤਾਂ ਸਿੱਖੀ ਬਾਰੇ ਗੱਲ ਕਰਨ ਦਾ ਅਧਿਕਾਰ ਹੀ ਨਹੀਂ। ਇਹ ਪੰਗੇ ਪੁਜਾਰੀ ਨੇ ਵਾੜੇ ਨੇ ਗੁੰਮਰਾਹ ਕਰਨ ਵਾਸਤੇ। ਤੂੰ ਤਾਂ ਕਲ ਫਲਾਉਣਾ, ਤੂੰ ਤਾਂ ਦਾੜੀ ਮੁੰਨਦਾ, ਤੂੰ ਤਾਂ ਤੁੰਨਦਾ, ਤੇਰੀ ਤਾਂ ਪੱਗ ਗੋਲ ਨਹੀਂ ਹੈ, ਸੋ ਤੇਰੀ ਤਾਂ ਦਾੜੀ ਛੋਟੀ ਹੈ, ਤੇਰਾ ਤਾਂ ਪਹਿਰਾਵਾ ਪੈਂਟ ਸ਼ਰਟ ਹੈ, ਤੂੰ ਤਾਂ ਟਾਈ ਲਾਈ ਹੈ ਜਿਹੜੀ ਕਿ ਕ੍ਰਿਸਚਨਿਟੀ ਦਾ ਪ੍ਰਤੀਕ ਹੈ। ਸੋ ਇਹ ਜਿਹੜੀਆਂ ਚੀਜ਼ਾਂ ਨੇ ਨਾ, ਇਹ ਪੁਜਾਰੀ ਨੇ ਵਾੜ ਦਿੱਤੀਆਂ, ਆਪਣੀ ਹੋਮੇ ਵਾੜ ਦਿੱਤੀ। ਧਰਮ ਦੀਆਂ ਜਿਹੜੀਆਂ ਸਿੱਖਿਆਵਾਂ ਨੇ ਉਹ ਤੁਸੀਂ ਲੈ ਲਓ, ਇਸਲਾਮ 'ਚ ਚਾਰ ਵਿਆਹਾਂ ਦੀ ਗੱਲ ਕੀਤੀ ਗਈ ਹੈ। ਉਦੋਂ ਹਾਲਾਤ ਸੀਗੇ ਕਿ ਬੰਦੇ ਜੰਗਾਂ 'ਚ ਮਰ ਜਾਂਦੇ ਸੀ, ਔਰਤ ਅਬਲਾ ਹੋ ਜਾਂਦੀ ਸੀ, ਜਿਹਦਾ ਕੋਈ ਸਿਰ ਦਾ ਸਾਈਨ ਹੈ ਉਹਦੀ ਹਰ ਕੋਈ ਬੇਪਤ ਕਰਦਾ ਸੀ ਉਹਨੂੰ। ਸੋ ਇੱਕ ਲੌਜਿਕ ਸੀਗਾ। ਇਸੇ ਤਰ੍ਹਾਂ ਹਿੰਦੂ ਧਰਮ ਦੇ ਵਿੱਚ ਵੀ ਹੈ, ਵਾਤਾਵਰਨ ਨੂੰ ਪੂਜਿਆ ਗਿਆ, ਪਾਣੀ ਨੂੰ ਪੂਜਿਆ ਗਿਆ, ਇੱਕ ਲੌਜਿਕ ਹੈ, ਸਤਿਕਾਰ ਕੀਤਾ ਗਿਆ ਹੈ ਨਾ। ਪਰ ਉਹ ਪ੍ਰੋਬਲਮ ਜਿਹੜੀ ਹੈ ਨਾ ਕਿ ਧਰਮ ਮਾੜਾ ਨਹੀਂ ਹੈ, ਧਰਮ ਦੇ ਪੁਜਾਰੀਆਂ ਨੇ ਇਸ ਦਾ ਸ਼ੋਸ਼ਣ ਕਰ ਦਿੱਤਾ। ਸੋ ਇਸ ਕਰਕੇ ਇਹ ਜਿਹੜੀਆਂ ਚੀਜ਼ਾਂ ਨੇ ਕਿ ਅਸੀਂ ਧਰਮ ਨੂੰ ਹੈ ਨਾ ਜਿਹੜਾ ਹੋਰ ਤਰੀਕੇ ਨਾਲ ਲੈਂਦੇ ਹਾਂ। ਧਰਮ ਆਪਣੇ ਆਪ 'ਚ ਜਿਹੜੇ ਨੇ ਸੰਵਿਧਾਨ ਨੇ, ਇੱਕ ਜਿਸ ਤਰ੍ਹਾਂ ਮੁਲਕ ਦਾ ਸੰਵਿਧਾਨ ਹੈ ਕਿ ਭਾਈ ਜੇ ਤੂੰ ਆਹ ਕੀਤਾ, ਜਿਵੇਂ ਹੱਕ ਪਰਾਇਆ ਨਾਨਕਾ ਉਹ ਸੂਰਸ ਗਾਏ ਕਿ ਗਾਂ ਅਤੇ ਸੂਰ ਖਾਣ ਦੇ ਤੁਲ ਹੈ, ਜੇ ਤੁਸੀਂ ਕਿਸੇ ਦਾ ਹੱਕ ਖਾਂਦੇ ਹੋ ਹੈ ਨਾ, ਤੁਹਾਨੂੰ ਨਰਕ 'ਚ ਜਾ ਕੇ ਸਜ਼ਾ ਮਿਲ ਗਈ, ਇੱਕ ਡਰਾਵਾ ਦਿੱਤਾ ਗਿਆ ਨਰਕ ਦਾ ਹੈ ਨਾ। ਜੇ ਧਰਮ ਨਾ ਹੁੰਦਾ ਤਾਂ ਇੱਥੇ ਧਰਮ ਬਹੁਤ ਵੱਧ ਜਾਣਾ ਸੀ ਲੋਕਾਂ ਦਾ। ਇਹ ਜੇ ਪੂਰੀ ਦੁਨੀਆ 'ਚ ਧਰਮ ਨਾ ਹੁੰਦਾ ਨਾ ਹੁਣ ਤੱਕ, ਅਤੇ ਜੋ ਅਸੀਂ ਅੱਜ ਸਥਿਤੀ 'ਤੇ ਥੋੜ੍ਹਾ ਸੱਭਿਅਕ ਹੋ ਗਏ ਹਾਂ, ਸੱਭਿਅਕ ਨਾ ਹੁੰਦੇ, ਸਾਨੂੰ ਡਰ ਭੈ ਨਾ ਹੁੰਦਾ, ਸਾਨੂੰ ਖੌਫ ਨਾ ਹੁੰਦਾ। ਸੋ ਧਰਮ ਨੇ ਦੁਨੀਆ ਨੂੰ ਸੁਧਾਰਿਆ ਵੀ ਬਹੁਤ ਹੈ। ਜੇ ਧਰਮ ਦੇ ਨਾਂ 'ਤੇ ਲੜਾਈਆਂ ਹੋਈਆਂ ਨੇ ਤਾਂ ਧਰਮ ਦੀ ਦੇਣ ਵੀ ਬਹੁਤ ਹੈ, ਪਰ ਜਿਹੜੇ ਅਧਾਰਮਿਕ ਲੋਕ ਨੇ ਉਹਨਾਂ ਨੇ ਧਰਮ ਨੂੰ ਜ਼ਿਆਦਾ ਨੁਕਸਾਨ ਪਹੁੰਚਾਇਆ। ਮਸਲਨ ਜਿਹੜੇ ਧਰਮ ਦੇ ਜ਼ਿਆਦਾ ਨੇੜੇ ਰਹਿੰਦੇ ਨੇ ਨਾ, ਕਈ ਵਾਰੀ ਧਰਮ ਨੂੰ ਨੁਕਸਾਨ ਵੀ ਉਹ ਹੀ ਪਹੁੰਚਾਉਂਦੇ ਨੇ, ਉਹ ਪੁਜਾਰੀ ਨੇ ਕਿਸੇ ਨਾ ਕਿਸੇ ਰੂਪ 'ਚ। ਤੁਸੀਂ ਆਨੇ ਰਹੋ ਸਰ। ਹੈਲੋ ਸਾਹਿਬ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ। ਮੈਂ ਕਿਹਾ ਅੱਜ ਥੋੜੀ ਜਿਹੀ ਹੋਰ ਚੱਲਦੀ ਪਈ ਆ ਜਿਹੜੀ ਆਪਣੀ ਗੱਡੀ ਆ, ਕੋਈ ਮਤਲਬ ਸਮਝ ਨੀ ਲੱਗੀ ਅੱਜ। ਵੇਖੋ ਗੱਲ ਇਹ ਆ ਵੀ ਜਿਹੜੀ ਆਪਾਂ 1 ਕਰੋੜ ਦੇ ਜਾ। ਹੈਲੋ, ਹਾਂਜੀ ਹਾਂ ਸੋਢੀ ਸਾਹਿਬ, ਗੱਲ ਜਾਰੀ ਰੱਖੋ ਭਾਜੀ। ਹਾਂਜੀ, ਮੈਂ ਕਿਹਾ ਜਿਹੜੀ 1 ਕਰੋੜ ਦੇ ਜਾਂ 1.25 ਕਰੋੜ ਦੇ ਫੁੱਲ ਲਾਉਣ ਵਾਲੀ ਆਪਾਂ ਗੱਲ ਕਰਦੇ ਹਾਂ, ਇਹ ਸਿਰਫ ਸਿੱਖ ਧਰਮ ਦਾ ਕੰਸੈਪਟ ਨਹੀਂ ਹੈਗਾ। ਹੁਣ ਤੁਸੀਂ ਵੇਖੋ, 6 ਮਹੀਨੇ ਪਹਿਲਾਂ ਕੁੰਭ ਦਾ ਮੇਲਾ ਹੋ ਗਿਆ ਡਿਆ, ਤੇ ਉਹਦੇ ਵਾਸਤੇ ਸਰਕਾਰ ਨੇ 4400 ਕਰੋੜ ਰੁਪਏ ਦੇ ਫੰਡ ਜਾਰੀ ਕੀਤੇ ਆਪਣੇ ਖਜ਼ਾਨੇ ਚੋਂ। ਇਹ ਫੁੱਲਾਂ ਵਾਸਤੇ ਤਾਂ ਕੁਝ ਵੀ ਨੀ ਦਿੱਤਾ, ਇਹ ਤਾਂ ਸੰਗਤ ਆਪਣੇ ਮਾਇਆ ਵਾ। ਜਾਂ ਜਿਹੜੀ ਅੱਗੇ ਫੁੱਲ ਚੜੇ ਸੀ ਉਹ ਦਿੱਲੀ ਦੇ ਇੱਕ ਬੰਦੇ ਨੇ ਦਿੱਤੇ ਸੀ, ਹੁਣ ਜਿਹੜੇ ਚੜ੍ਹਨੇ ਆ ਉਹ ਸੰਗਤ ਦੇ ਮਾਇਆ ਨਾਲ ਆ। ਦੂਜੀ ਗੱਲ ਇਹ ਜਿਹੜੀ ਆਪਾਂ ਕਰਦੇ ਆ ਨਾ ਵੀ ਇਹ ਪੁਜਾਰੀਵਾਦ ਨੇ ਦਾੜੀ ਟਤਰਨ ਵਾਲੇ ਨੂੰ ਜਾਂ ਰੰਗਣ ਵਾਲੇ ਨੂੰ ਉਹ ਕਿਹਾ, ਵੇਖੋ ਉਹ ਪੁਜਾਰੀਵਾਦ ਨੇ ਨੀ ਕਿਹਾ, ਇੱਕ ਹਰ ਚੀਜ਼ ਦਾ ਇੱਕ ਡਿਸਿਪਲਨ ਹੈ। ਮਤਲਬ ਜੇ ਤੁਸੀਂ ਅੰਮ੍ਰਿਤਧਾਰੀ ਨਹੀਂ ਹੈਗੇ ਤੇ ਤੁਸੀਂ ਦਾੜੀ ਕੱਟ ਵੀ ਲਈ ਆ ਜਾਂ ਰੰਗ ਵੀ ਲਈ ਆ, ਪਰ ਇਹ ਤੁਹਾਨੂੰ ਕਿਸੇ ਨੇ ਕੁਛ ਨੀ ਕਹਿਣਾ। ਜਦੋਂ ਤੁਸੀਂ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣ ਕੇ ਦਾੜੀ ਕੱਟਦੇ ਹੋ ਜਾਂ ਰੰਗਦੇ ਹੋ, ਫਿਰ ਤੁਸੀਂ ਉਹਦੇ ਗੁਨਾਹਗਾਰ ਜੇ। ਜਿਵੇਂ ਫੌਜ ਆ, ਹੁਣ ਫੌਜ ਦਾ ਇੱਕ ਡਿਸਿਪਲਨ ਹੈ, ਉਹਨੇ ਵਰਦੀ ਪਾਉਣੀ ਹੈ, ਬੈਲਟ ਲਵਾਉਣੀ ਹੈ, ਬੂਟ ਵੱਡੇ ਪਾਉਣੇ, ਤੁਹਾਨੂੰ ਗਰਮੀ ਲੱਗਦੀ, ਠੰਡ ਲੱਗਦੀ, ਡਜ਼ਨਟ ਮੈਟਰ, ਉੱਥੇ ਤੁਸੀਂ ਪਾਉਣੇ ਹੀ ਪੈਣੇ ਆ। ਜੇ ਤੁਸੀਂ ਕਹੋ ਵੀ ਪੰਜਾਬੀ ਜੁੱਤੀ ਪਾ ਕੇ ਜਾਂ ਚਾਦਰ ਬੰਨ ਕੇ ਮੈਂ ਫੌਜ ਦੇ ਵਿੱਚ ਚਲਾ ਜਾਵਾਂ, ਉਹਨਾਂ ਲੈਣਾ ਥੋੜੋ ਆ। ਇਹ ਹਰ ਚੀਜ਼ ਦੇ ਕੁੱਝ ਨਾ ਕੁੱਝ ਕਾਇਦੇ ਕਾਨੂੰਨ ਹੁੰਦੇ ਆ। ਬਾਕੀ ਇਹ ਗੱਲ ਮੈਂ ਜ਼ਰੂਰ ਕਹਾਂਗਾ ਵੀ ਜੋ 500 ਸਾਲਾਂ ਤੇ ਪੰਜਾਬ ਸਰਕਾਰ ਨੇ ਜਾਂ ਹਿੰਦੁਸਤਾਨ ਇੰਡੀਆ ਸਰਕਾਰ ਨੇ ਦਿੱਤਾ ਸੀ, 1 ਯੂਨੀਵਰਸਿਟੀ ਦਿੱਤੀ, 38 ਕਾਲਜ ਦਿੱਤੇ, ਪਤਾ ਨੀ ਕਿੰਨੇ 100 ਪਿੰਡ ਦੇ ਵਿੱਚ ਬਿਜਲੀ ਆ ਗਈ,
ਉਹ ਕੁਛ ਐਤਕਾਂ ਕੱਖ ਵੀ ਨੀ ਦਿੱਤਾ ਜਾ ਰਿਹਾ, ਸਿਰਫ ਇੱਕ ਚਿੱਟੀ ਕੂਚੀ ਮਾਰ ਕੇ ਤੇ ਸੁਲਤਾਨਪੁਰ ਤੋਂ ਚਿੱਟਾ ਕਰਕੇ ਤੇ ਬਸ ਹੋ, ਜਿੱਦਾਂ ਆਨੰਦਪੁਰ ਸਾਹਿਬ ਪਹਿਲਾਂ ਚਿੱਟਾ ਕੀਤਾ ਇਸ ਮੁੜ ਕੇ ਪੰਜਾਬ ਚਿੱਟੇ ਦਾ ਹੜ ਆ ਗਿਆ ਤੇ ਹੁਣ ਸੁਲਤਾਨਪੁਰ ਤੋਂ ਚਿੱਟਾ ਕਰਕੇ ਤੇ ਹੁਣ ਪਤਾ ਨੀ ਕਾਹਦਾ ਹੜ ਆਏਗਾ। ਸੋ ਇਹ ਐਤਕਾਂ ਜਿਹੜਾ ਨਾ ਮਲਕ ਭਾਗੋ ਵਾਲਾ ਸਾਰਾ ਕਨਸੈਪਟ ਚੱਲ ਰਿਹਾ, ਇਹਦਾ ਭਾਈ ਲਾਲੋ ਵਾਲਾ ਕੋਈ ਨੀ ਗਾ। ਕੱਲ ਜਿਹੜਾ ਹੁਣ ਸਿਰਸੇ ਨੇ ਉੱਥੇ ਕੀਰਤਨ ਦਰਬਾਰ ਕਰਾ ਦਿੱਤਾ, ਕੁਰਸੀਆਂ ਤੇ ਪਾ ਕੇ ਜੁੱਤੀਆਂ ਪਾ ਕੇ ਸਿਰ ਤੇ ਅਰਗੇ ਵਿੱਚ ਤੁਰੇ ਫਿਰਦੇ ਸੀ, ਉਹ ਕਾਹਦਾ ਕੀਰਤਨ ਦਰਬਾਰ ਸੀ ਜੀ? 550 ਬੰਦਾ ਕੀਰਤਨੀਆਂ ਕੀਰਤਨ ਕਰਦਾ ਪਿਆ ਸੀ, ਇਹ ਕੋਈ ਹੈ ਨੀ। ਬਾਬੇ ਨਾਨਕ ਦੀ ਕੋਈ ਸਿੱਖਿਆ ਤੇ ਨਹੀਂ ਚੱਲ ਰਿਹਾ, ਸਾਰੇ ਜਾਣੇ ਆਪਣੇ ਆਪ ਜਿੱਦਾਂ ਕਹਿੰਦੇ ਹੁੰਦੇ ਨਾ ਵੀ ਸਿਰ ਤੇ ਨੀ ਕੁੰਡਾ ਤੇ ਹਾਥੀ ਫਿਰੇ ਲੁੰਡਾ, ਇਹ ਵਿੱਚੇ ਐ ਜੀ ਪੀ ਜੀ ਦੇ ਵਿੱਚੇ ਸਾਰੇ ਲੀਡਰ ਲੀਡਰ ਨੂੰ ਆਪਣੀ ਛਵੀ ਕਪਤਾਨ ਸਾਹਿਬ ਹੱਥ ਬੰਨੀ ਖੜੇ ਨੇ ਹਰ ਸ਼ਹਿਰ ਦੇ ਮੋੜ ਤੇ 550 ਸਾਲਾਂ ਮੁਬਾਰਕ ਹੋਵੇ, ਪਰ ਪੰਜਾਬ ਦੀ ਸਥਿਤੀ ਕੀ ਹੈ ਕਪਤਾਨ ਸਾਹਿਬ? ਉਹ ਮੁਬਾਰਕ ਨੂੰ ਤੁਸੀਂ ਕੀ ਆਖੋਗੇ ਜੇ ਘਰਾਂ 'ਚ ਵੈਣ ਪੈ ਰਹੇ ਨੇ, ਕਿਸਾਨ ਨੂੰ ਉਹਦਾ ਮੁੱਲ ਨਹੀਂ ਮਿਲ ਰਿਹਾ? ਇੰਦਰਜੀਤ ਸਿੰਘ ਹੋਰਪੁਰੀ ਕਹਿੰਦੇ, ਗੰਦੀ ਰਾਜਨੀਤੀ, ਧਰਮ ਕੱਟੜਤਾ, ਦੂਸਰੇ ਨੂੰ ਸਹਿਣ ਨਾ ਕਰਨਾ, ਮਨੁੱਖਤਾ ਦੀ ਸਾਂਝੀ ਭਲਾਈ ਤੋਂ ਮੁਨਕਰ ਹੋਣਾ ਹੈ। ਅਮਰਿੰਦਰਪਾਲ ਸਿੰਘ ਇਸ ਵਕਤ ਕਲਕੱਤਾ 'ਚ ਨੇ, ਟੈਕਸੀ ਰਾਈਡ ਕਰ ਰਹੇ ਨੇ, ਹਾਵੜਾ ਰੇਲਵੇ ਤੋਂ ਹਜ਼ਾਰਾਂ ਮੋੜ ਜਾ ਰਹੇ ਨੇ। ਕਿਆ ਬਾਤ ਹੈ ਜੀ, ਸੜਕਾਂ ਯਾਦ ਆ ਗਈਆਂ ਕਲਕੱਤਾ ਦੀ ਮੈਨੂੰ। ਨਿੰਮਾ ਸੋਲ ਅਮਰੀਕਾ ਤੋਂ ਜੁੜੇ ਨੇ, ਕਹਿੰਦੇ ਹਰ ਬੰਦੇ ਨੂੰ ਕਹਿੰਦੇ ਜਿਹੜਾ ਹੈਗਾ ਸਮੇਂ ਸਮੇਂ ਸ਼ੋਅ ਅਪ ਹੋ ਰਹੇ ਨੇ, ਇਹ ਚੀਜ਼ਾਂ ਨੇ ਜਿਹੜੀਆਂ ਇਸ ਬਦਕਿਸਮਤੀ ਦਾ ਕਾਰਨ ਨੇ। ਗੁਰਦਿਆਲ ਸਿੰਘ ਕਹਿੰਦੇ, ਇਹ ਧਾਰਮਿਕ ਵਿਅਕਤੀ ਨੇ ਜੀ, ਮਲਕ ਭਾਗੋ ਇਨਵੈਸਟ ਇਨ ਕਾਰਪੋਰੇਟ ਮੀਡੀਆ ਆਰ ਔਨ ਪੇਰੋਲ ਟੂ ਬਾਰਕ ਐਟ ਫੈਮਿਲੀ ਸੋਸ਼ਲ ਰਿਲੀਜੀਅਸ ਐਂਡ ਅਸਟੈਬਲਿਸ਼ਮੈਂਟ। ਠੀਕ ਹੈ ਜੀ, ਮਲਕ ਭਾਗੋਆਂ ਨੇ ਇਨਵੈਸਟ ਕੀਤਾ, ਬਿਲਕੁਲ ਹੈਗੇ ਨੇ ਮਲਕ ਭਾਗੋਆਂ ਦੇ ਅਦਾਰੇ, ਬਹੁਤ ਨੇ, 99% ਅਦਾਰੇ ਮਲਕ ਭਾਗੋਆਂ ਦੇ ਨੇ, ਇਹ ਗੱਲ ਮੈਂ ਵੀ ਤੁਹਾਡੇ ਨਾਲ ਐਗਰੀ ਹਾਂ, ਪਰ ਸਾਰੇ ਨਹੀਂ। ਅਸੀਂ ਮਲਕ ਭਾਗੋਆਂ ਦੇ ਅਦਾਰਿਆਂ 'ਤੇ ਨਹੀਂ ਪਲਦੇ, ਅਸੀਂ ਆਪਣੀ ਗੱਲ ਕਹਿੰਦੇ ਹਾਂ ਡੈਸਕ 'ਤੇ। ਸੋ ਇਸ ਕਰਕੇ ਜੇ ਇਹਨਾਂ ਮਲਕ ਭਾਗੋਆਂ ਦੇ ਜਾਂ ਇਹਨਾਂ ਵੱਡੇ ਮਾਲਕਾਂ ਜਾਂ ਜਿਹੜੇ ਮੁਲਕਾਂ ਦੇ ਮਾਲਕ ਬਣੇ ਨੇ, ਸਿਆਸਤਦਾਨ ਨੇ, ਉਹਨਾਂ ਦੇ ਖਿਲਾਫ ਅਸੀਂ ਬੋਲਦੇ ਹਾਂ, ਬਾਰਕ ਡੌਗ ਆਖੋ, ਵੀ ਆਰ ਆਲ ਵਾਚ ਡੌਗ, ਪਰ ਅਸੀਂ ਚੋਰਾਂ ਨੂੰ ਜ਼ਿਆਦਾ ਭੌਂਕਦੇ ਹਾਂ, ਖਾਸ ਕਰਕੇ ਮੈਂ। ਥੈਂਕ ਯੂ। ਇਸ ਦੌਰਾਨ ਅਮਰਜੀਤ ਸਿੰਘ ਬਾਈ ਜੀ ਜੁੜੇ ਨੇ, ਬਲਜੀਤ ਸਿੰਘ ਬਲ ਜੁੜੇ ਨੇ, ਕਹਿੰਦੇ ਜੀ ਸਭ ਕੁਝ ਗੰਦੀ ਰਾਜਨੀਤੀ ਦੇਣਾ, ਬਾਕੀ ਸਭ ਤੋਂ ਵੱਡੀ ਧਾਰਮਿਕ ਸੰਸਥਾ ਸ਼੍ਰੋਮਣੀ ਕਮੇਟੀ ਦਾ ਰਾਜਨੀਤਿਕ ਅਤੇ ਇੱਕ ਪਰਿਵਾਰ ਦਾ ਕਬਜ਼ਾ ਹੋਣਾ ਵੀ ਜ਼ਿੰਮੇਵਾਰ ਹੈ। ਖੁੱਲ੍ਹੀ ਆਪਸ਼ਨ ਹੈ ਜੀ, ਤੁਸੀਂ ਲੜੋ। ਮਾਨ ਸਾਹਿਬ ਨੇ ਇੱਕ MLA ਮੈਂਬਰ ਜਿਤਾਇਆ ਸੀ, ਉਹ ਵੀ ਬਾਦਲਾਂ ਕੋਲ ਜਾ ਰਿਹਾ। ਜੇ ਅਸੀਂ ਵੋਟ ਪ੍ਰਣਾਲੀ ਦੇ ਵਿੱਚ, ਜੇ ਅਕਾਲੀ ਦਲ ਬਾਦਲ ਆਪਣੇ SGPC ਮੈਂਬਰ, ਉਹਨਾਂ 'ਚ ਤਾਂ ਕਦੇ ਵੋਟਿੰਗ 'ਚ ਨਹੀਂ ਸੁਣਿਆ ਨਾ ਵੀ ਉਹਨਾਂ ਨੇ ਘਪਲਾ ਕਰ ਲਿਆ। ਮੈਂ ਕੋਈ ਜਸਟੀਫਾਈ ਨਹੀਂ ਕਰ ਲਿਆ ਅਕਾਲੀ ਦਲ ਬਾਦਲ ਨੂੰ, EVM 'ਚ ਤਾਂ ਰੌਲਾ ਪੈਂਦਾ। ਸ਼੍ਰੋਮਣੀ ਕਮੇਟੀ 'ਚ ਜਿਹੜਾ ਹੈਗਾ ਕਿ ਉੱਥੇ ਦੂਸਰਿਆਂ ਧਿਰਾਂ ਨੂੰ ਆਉਣਾ ਚਾਹੀਦਾ, ਉਹ ਬੰਦੇ ਜਿੱਤਦੇ ਨੇ ਅਤੇ ਉਹਨਾਂ ਕੋਲ ਰਾਜ ਪ੍ਰਬੰਧ ਹੈ। ਪਰ ਤੁਸੀਂ ਕੀ ਕਰੋਗੇ, ਸਰਬੱਤ ਖਾਲਸਾ ਦੇ 5 ਲੱਖ ਦੇ ਇਕੱਠ ਤੋਂ ਬਾਅਦ 3 ਜਥੇਦਾਰ ਚੁਣੇ ਗਏ, ਉਹ 3 ਕਿੰਨੇ ਦੇਰ ਇਕੱਠੇ ਰਹੇ? 3 ਤੋਂ 5 ਨਹੀਂ ਹੋ ਸਕੇ, ਉਹਨਾਂ ਨੇ ਕੋਈ ਗੁਰਮਤਾ ਕੀਤਾ ਅਤੇ ਉਹ ਜੇ ਉਹ ਇਕੱਠੇ ਨਹੀਂ ਹੈ। ਹੁਣ ਪੰਥਕ ਧਿਰਾਂ, ਉੱਥੇ ਪੰਥਕ ਏਕਤਾ ਦਾ ਪਾਠ ਹੈ ਜਿਹੜਾ ਪੜ੍ਹਿਆ ਗਿਆ ਕੱਲ੍ਹ ਬਰਗਾੜੀ ਸਾਹਿਬ ਦੇ ਵਿੱਚ, ਅਤੇ ਉੱਥੇ ਇਹ ਧਿਰਾਂ ਕੀ ਆਪਸ 'ਚ ਇਕੱਠੀਆਂ ਨੇ? ਦਾਦੂਵਾਲ, ਮੋਹਕਮ ਸਿੰਘ ਜਾਂ ਬਾਕੀ ਧਿਰਾਂ, ਭਾਈ ਅਮਰੀਕ ਸਿੰਘ ਜਾਂ ਸੁਖਪਾਲ ਖਹਿਰਾ ਜਾਂ ਬੈਂਸ ਬ੍ਰਦਰ ਜਾਂ ਆਮ ਆਦਮੀ ਪਾਰਟੀ, ਇਹ ਕੀ ਇਹ ਇਕੱਠੇ ਨੇ? ਇਸੇ ਬਰਗਾੜੀ ਦੇ ਉੱਤੇ ਭਗਵੰਤ 'ਤੇ ਦੋਸ਼ ਲੱਗੇ ਸੀ ਕਿ ਦਾਰੂ ਪੀ ਕੇ ਆ ਗਿਆ, ਕੀ ਕੁਛ ਇੱਥੇ ਨਹੀਂ ਕੀਤਾ ਸਾਡੇ ਸਿਆਸਤਦਾਨਾਂ ਨੇ? ਸੋ ਇਕੱਠੇ ਤਾਂ ਇਹ ਵੀ ਨਹੀਂ,
ਬਾਦਲ ਅਕਾਲੀ ਦਲ ਵਾਲੇ ਚਾਰ ਇਕੱਠੇ ਨੇ, ਉਹਨਾਂ ਦਾ ਸਿੱਕਾ ਚੱਲੀ ਜਾ ਰਿਹਾ। ਸੁਖੀ ਹੇਅਰ ਔਨ ਏਅਰ ਜੁੜੇ ਨੇ ਅਲਖ ਹਰਪ੍ਰੀਤ ਨਿਊਜ਼ੀਲੈਂਡ ਤੋਂ, ਕਹਿੰਦੇ ਕੁਛ ਨਹੀਂ ਹੋ ਸਕਦਾ, ਇੰਡੀਆ ਦੀ ਰਾਜਨੀਤੀ ਦੀ ਗਰਜ ਆ। ਬਲਜੀਤ ਪਾਲ ਕਹਿੰਦੇ ਜਦੋਂ ਤੱਕ ਅਸੀਂ ਧਰਮਾਂ ਦੇ ਨਾਂ 'ਤੇ ਮੱਕੜ ਜਾਲ 'ਚੋਂ ਨਿਕਲਦੇ ਨਹੀਂ, ਲੀਡਰ ਸਾਨੂੰ ਮੂਰਖ ਬਣਾਉਂਦੇ ਰਹਿਣਗੇ। ਜੱਸੀ ਤੁਗਲਵਾਲਾ, ਹਰਪਾਲ ਸਿੰਘ, ਇਕੱਤਰ ਸਿੰਘ, ਗੋਬਿੰਦ ਸਿੱਖੋਂ, ਜਗੀਰ ਸਿੰਘ, ਹਰਪਾਲ ਸਿੰਘ ਸੋਢੀ ਅਤੇ ਮਾਵੀ ਜਸਪ੍ਰੀਤ। ਸੋ ਦੋਸਤੋ, ਗੁਜ਼ਾਰਿਸ਼ ਇਹੀ ਹੈ ਕਿ ਇਸ ਤਰ੍ਹਾਂ ਦੇ ਮਸਲਿਆਂ 'ਤੇ ਅਸੀਂ ਸੰਜੀਦਗੀ ਦੇ ਨਾਲ ਵਿਚਰ ਰਹੀਏ। ਜੇ ਅਸੀਂ ਇਮੋਸ਼ਨਲ ਜਜ਼ਬਾਤੀ ਹੋਵਾਂਗੇ ਤਾਂ ਇਹ ਲੋਕ ਸਾਡੀਆਂ ਵੋਟਾਂ ਬਟੋਰਨਗੇ। ਇਸ ਕਰਕੇ ਸਾਨੂੰ ਚਾਹੀਦਾ ਕਿ ਇਸ ਤਰ੍ਹਾਂ ਦੇ ਧਾਰਮਿਕ ਮਾਮਲਿਆਂ ਦੇ ਆਧਾਰ 'ਤੇ ਅਸੀਂ ਜਿਹੜੀ ਆਪਣੀ ਵੋਟ ਕਾਸਟ ਨਾ ਕਰੀਏ, ਕਿਉਂਕਿ ਧਰਮ ਦੇ ਮਾਇਆ ਜਾਲ ਦੇ ਵਿੱਚ ਫਸਾ ਕੇ ਸਾਨੂੰ ਸਾਡੀਆਂ ਵੋਟਾਂ ਬਟੋਰਦੇ ਨੇ। ਡਿਵੈਲਪਮੈਂਟ ਦੇ ਨਾਂ 'ਤੇ ਇਹ ਸਿਆਸਤਦਾਨ ਡੱਕਾ ਦੂਰਾ ਨਹੀਂ ਕਰਦੇ। ਜੇ ਕੋਈ ਨੇਤਾ ਡਿਵੈਲਪਮੈਂਟ ਕਰਾਉਂਦਾ, ਸਿੱਖਿਆ ਦੀ ਗੱਲ ਕਰਦਾ, ਮਾਨਵਤਾ ਦੀ ਗੱਲ ਕਰਦਾ, ਉਹਨੂੰ ਤਵੱਜੋ ਦਈਏ। ਸੋ ਧਾਰਮਿਕ ਸਿਆਸਤ ਦੇ ਵਿੱਚ ਉਲਝਾ ਕੇ, ਕਿਉਂਕਿ ਅਸੀਂ ਧਰਮ ਆਧਾਰਿਤ ਲੋਕ ਹਾਂ, ਜੇ ਕੋਈ ਨੇਤਾ ਭਾਵੇਂ ਜਸਟਿਨ ਟਰੂਡੋ ਹੈ ਜਾਂ ਹੋਰ ਕੋਈ ਨੇਤਾ ਸਾਡੇ ਧਾਰਮਿਕ ਸਥਾਨਾਂ 'ਤੇ ਆ ਜਾਂਦਾ ਤਾਂ ਅਸੀਂ ਖੁਸ਼ ਹੋ ਜਾਂਦੇ ਹਾਂ। ਸਾਨੂੰ ਖੁਸ਼ ਹੋਣ ਦੀ ਜ਼ਰੂਰਤ ਨਹੀਂ। ਅਸੀਂ ਭਾਵੇਂ ਜਸਟਿਨ ਹੈ, ਭਾਵੇਂ ਬਾਦਲ ਹੈ, ਭਾਵੇਂ ਆਮ ਆਦਮੀ ਪਾਰਟੀ ਹੈ, ਭਾਵੇਂ ਬੀਜੇਪੀ ਹੈ, ਉਹਨਾਂ ਦੇ ਕੰਮ ਦੇ ਆਧਾਰ 'ਤੇ ਉਹਨਾਂ ਨੂੰ ਹੈ ਜਿਹੜਾ ਆਪਣੇ ਨੇਤਾ ਚੁਣੀਏ। ਸੋ ਇਸੇ ਗੁਜ਼ਾਰਿਸ਼ ਦੇ ਨਾਲ ਕੱਲ੍ਹ ਫਿਰ ਮਿਲਣ ਦੇ ਵਾਅਦੇ ਨਾਲ ਮੈਂ ਪਰਮਿੰਦਰ ਸਿੰਘ ਟਿਵਾਣਾ ਆਪ ਸਭ ਸੱਜਣਾਂ ਤੋਂ ਇੱਥੇ ਹੀ ਅੱਗੇ ਲਵਾਂਗਾ। ਧੰਨਵਾਦ, ਸਤਿ ਸ਼੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ, ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।